सत श्री अकाल लोकरण पंजाबी ते स्वागत। मैं गुरजिंदर सिंह पंगू ते मेरे नाल मौजूद ने किसान मजदूर संघर्ष कमेटी दे सरदार सरवण सिंह पंधेर। पंधेर साहब सत श्री अकाल, स्वागत जी थोड़ा चैनल ते। धन्यवाद जी, धन्यवाद। सो दोस्तों, किसान मजदूर संघर्ष कमेटी जदों किसानां दे मजदूरां दे हक्कां दे लई लड़न दी गल आउंदी है ਤਾਂ ਆਹ ਜਥੇਬੰਦੀ ਮੋਰਲੀ ਸਫਾ ਦੇ ਵਿੱਚ ਆਪਣੀ ਭੂਮਿਕਾ ਨਿਭਾਉਂਦੀ ਹੈ। ਆਪਾਂ ਨੇ ਪੰਜਾਬ ਦੇ ਵਿੱਚ ਵੀ ਦੇਖਿਆ ਸੀ, ਉਸ ਤੋਂ ਬਾਅਦ ਜਦੋਂ ਦਿੱਲੀ ਸੰਘਰਸ਼ ਗਿਆ ਤੇ ਉਦੋਂ ਵੀ ਆਪਾਂ ਨੇ ਵੇਖਿਆ ਸੀ। ਇਸ ਤੋਂ ਇਲਾਵਾ ਤਮਾਮ ਜਥੇਬੰਦੀ ਦੀਆਂ ਨਿੱਤ ਦੀਆਂ ਗਤੀਵਿਧੀਆਂ ਨੇ ਜਿਨ੍ਹਾਂ ਦੇ ਉੱਤੇ ਜਥੇਬੰਦੀ ਲਗਾਤਾਰ ਹੱਕਾਂ ਦੇ ਉੱਤੇ ਪਹਿਰਾ ਦਿੰਦੀ, ਸਰਕਾਰ ਦੇ ਲਈ ਹੱਕਾਂ ਦੇ ਲਈ ਲੜਦੀ ਆਪਾਂ ਨੂੰ ਵਿਖਾਈ ਦਿੰਦੀ ਹੈ। ਹੁਣ ਇੱਕ ਵਾਰ ਫਿਰ ਕਿਸਾਨ ਜਥੇਬੰਦੀਆਂ ਮੈਦਾਨ ਦੇ ਵਿੱਚ ਨੇ। ਬੇਸ਼ੱਕ ਜੋਗਿੰਦਰ ਸਿੰਘ ਗੁਰਾਹਾਂ ਜਥੇਬੰਦੀ ਨੇ ਇੱਕ ਦਿਨ ਪਹਿਲਾਂ ਧਰਨਾ ਦਿੱਤਾ ਚੰਡੀਗੜ੍ਹ ਦੇ ਵਿੱਚ, ਬਲਵੀਰ ਸਿੰਘ ਰਾਜੇਵਾਲ ਸਾਹਿਬ ਦਾ ਧਰਨਾ ਸੀ, ਅਤੇ ਹੁਣ 16 ਜਥੇਬੰਦੀਆਂ ਦੀ ਜਿਹੜੀ ਤਾਲਮੇਲ ਕਮੇਟੀ ਬਣੀ ਹੋਈ ਹੈ, ਪੰਧੇਰ ਸਾਹਿਬ ਉਹਦੇ ਮੈਂਬਰ ਵੀ ਹੈਗੇ ਨੇ। ਇਹਨਾਂ ਜਥੇਬੰਦੀਆਂ ਨੇ, ਤਾਲਮੇਲ ਕਮੇਟੀ ਨੇ ਵੀ 22 ਅਗਸਤ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਵੱਡੇ ਪ੍ਰੋਟੈਸਟ ਦਾ ਐਲਾਨ ਕੀਤਾ, ਇੱਕ ਸੰਘਰਸ਼ ਦਾ ਐਲਾਨ ਕੀਤਾ। ਇਸ ਸਿਲਸਿਲੇ ਦੇ ਵਿੱਚ ਅੱਜ ਆਪਾਂ ਪੰਧੇਰ ਸਾਹਿਬ ਦੇ ਨਾਲ ਜੁੜ ਰਹੇ ਹਾਂ। ਪੰਧੇਰ ਸਾਹਿਬ, ਤਮਾਮ ਕਿਸਾਨੀ ਤੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਕਿਸਾਨੀ ਦੇ ਸੰਕਟ ਦੀ, ਪਰ ਜਿਹੜਾ ਤੁਸੀਂ 22 ਅਗਸਤ ਨੂੰ ਪ੍ਰੋਗਰਾਮ ਰੱਖਿਆ ਚੰਡੀਗੜ੍ਹ ਦੇ ਵਿੱਚ, ਜਿਹੜੀ ਤੁਹਾਡੀ 16 ਜਥੇਬੰਦੀਆਂ ਬਣੀਆਂ, ਉਹਦੇ ਤਾਲਮੇਲ ਕਮੇਟੀ ਬਣੀ ਆ, ਤੁਸੀਂ ਉਹਦੇ ਮੈਂਬਰ ਹੋ, ਉਸ ਪ੍ਰੋਗਰਾਮ ਦੀ ਕੀ ਰੂਪਰੇਖਾ, ਕਿਹੜੇ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਉਹ ਪ੍ਰੋਟੈਸਟ ਕਰਨ ਜਾ ਰਹੇ ਹੋ? ਪੰਜਾਬ ਸਰਕਾਰ ਵੱਲ ਸਿੱਧਤ ਹੋਊਗਾ ਉਹ ਪ੍ਰੋਟੈਸਟ, ਜਾਂ ਕੇਂਦਰ ਦੀ ਸਰਕਾਰ ਵੱਲ ਸਿੱਧਤ ਹੋਊਗਾ? ਦੇਖੋ, ਜੋ ਵਰਤਮਾਨ ਪ੍ਰਸਥਿਤੀਆਂ ਦੇ ਵਿੱਚ ਪੰਜਾਬ ਦੇ ਲਗਭਗ 19 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆ, ਆਪਾਂ ਸਾਰੇ ਜਾਣਦੇ ਹਾਂ। ਹਰਿਆਣੇ ਦਾ ਇੱਕ ਵੱਡਾ ਹਿੱਸਾ ਆਪਣੇ ਸਮੱਸਿਆਵਾਂ ਆ ਰਹੀ ਆ, ਉੱਥੇ ਪਾਣੀ ਦਾ ਵੱਡਾ ਨੁਕਸਾਨ ਕੀਤਾ ਪਾਣੀ ਨੇ। ਇਸੇ ਤਰ੍ਹਾਂ ਹਿਮਾਚਲ ਆ, ਉੱਤਰਾਖੰਡ ਆ, ਅਤੇ ਕੁਝ ਯੂਪੀ ਦਾ ਖੇਤਰ ਆ। ਤੋ ਇਹਨਾਂ ਪ੍ਰਸਥਿਤੀਆਂ ਦੇ ਵਿੱਚ ਸਾਨੂੰ ਲੱਗਿਆ ਵੀ ਜੇ ਹੁਣ ਲੋਕਾਂ ਦੀ ਹੱਕਾਂ ਦੀ ਗੱਲ ਨਹੀਂ ਕੀਤੀ ਜਾਂਦੀ ਤਾਂ ਜਿਹੜਾ ਲੋਕਾਂ ਦਾ ਭਰੋਸਾ ਵਾ ਉਹ ਬਣਨਾ ਨਹੀਂ ਹੈਗਾ। ਖੇਤੀ ਸੈਕਟਰ ਪੰਜਾਬ ਦਾ ਇਹਨਾਂ ਹੜ੍ਹਾਂ ਦੀ ਮਾਰ ਕਰਕੇ ਤਬਾਹ ਹੋ ਗਿਆ। ਤੋ ਉਹਦੇ ਲਈ ਫਿਰ ਅਸੀਂ ਫੈਸਲਾ ਕੀਤਾ ਸੀ ਵੀ ਕੇਂਦਰ ਦੇ ਖਿਲਾਫ ਵੀ ਮੋਰਚਾ ਖੋਲ੍ਹਾਂਗੇ ਅਤੇ ਪੰਜਾਬ ਵਾਲਿਆਂ ਦੇ ਖਿਲਾਫ। ਇਸ ਤਰੀਕੇ ਨਾਲ ਹਰਿਆਣਾ ਵਾ, ਕਿਉਂਕਿ ਉਹ ਯੂਨੀਅਨ ਟੈਰੀਟਰੀ ਆ, ਉਹ 'ਚ ਹਰਿਆਣਾ ਸਰਕਾਰ ਵੀ ਆਉਂਦੀ ਆ, ਉਹਨਾਂ ਦੇ ਖਿਲਾਫ ਵੀ ਮੋਰਚਾ ਖੋਲ੍ਹਿਆ ਜਾਊਗਾ। ਅਤੇ ਇੱਕ ਸਾਂਝਾ ਮੰਗ ਪੱਤਰ ਹੋਊਗਾ ਜਿਹੜਾ ਸਾਰਿਆਂ ਨੂੰ ਇਨਸਾਫ਼ ਦਵਾਵੇ। ਤਾਂ ਕਿਉਂਕਿ ਕੇਂਦਰ ਸਰਕਾਰ ਕੋਲ ਵੱਡਾ ਖਜ਼ਾਨਾ ਵਾ, ਅਸੀਂ ਕਿਹਾ ਵੀ ਜੋ ਘੱਟੋ ਘੱਟ ਸਾਨੂੰ ਨਜ਼ਰ ਆ ਰਿਹਾ ਵੀ ਜੇ 50,000 ਕਰੋੜ ਰੁਪਈਏ ਦਾ ਪੈਕੇਜ ਸਰਕਾਰ ਦੇਵੇ ਅਤੇ 4-5 ਸਟੇਟਾਂ ਆਪਦੇ ਜਿਹੜੇ ਹੋਏ ਨੁਕਸਾਨ ਆ ਉਹਨਾਂ ਦੀ ਪੂਰਤੀ ਕਰ ਸਕਦੀਆਂ। ਉਹਦੇ ਵਿੱਚ ਦੂਜੇ ਨੰਬਰ 'ਤੇ ਅਸੀਂ ਕਿਹਾ ਸੀਗਾ ਵੀ ਜਿਹੜਾ ਤੁਹਾਡੇ ਘੱਗਰ ਦਾ ਪ੍ਰੋਜੈਕਟ ਦਾ ਪਹਿਲੋਂ ਪਲੈਨਿੰਗ ਬਣੀ ਹੋਈ ਆ 3,000 ਕਰੋੜ ਦੀ, ਥੋੜ੍ਹੀ ਵੱਧ ਘੱਟ ਹੋ ਸਕਦੀ ਹੈ ਇਸ ਵੇਲੇ, ਇਹ ਹਾਈਕੋਰਟ 'ਚ ਵੀ ਹੇਅਰਿੰਗ 'ਚ ਕੇਸ ਹੈ। ਇਸ ਤਰੀਕੇ ਨਾਲ ਘੱਗਰ ਵਿਦ ਜਿੰਨੀਆਂ ਵੀ ਸੂਬਿਆਂ ਦੀਆਂ ਨਦੀਆਂ ਨੇ, ਦਰਿਆ ਨੇ, ਉਹਨਾਂ ਦੇ ਤੁਸੀਂ ਬੰਨ ਬਣਾਉਣੇ ਆ ਜਾਂ ਉਹਦੀ ਸਾਫ਼ ਸਫਾਈ ਦਾ ਖਿਆਲ ਹੈਗਾ, ਇਹ ਕੰਪਲੀਟ ਕੀਤਾ ਜਾਵੇ। ਕਿਉਂਕਿ ਇਹਨਾਂ ਕਰਕੇ ਸਮੱਸਿਆਵਾਂ ਗਾਂਹ ਖੜਦੀਆਂ ਹੈਗੀਆਂ ਨੇ। ਘੱਗਰ ਨੂੰ ਪਿਛਲੇ ਲੰਮੇ ਸਮੇਂ 'ਚ ਮੇਨਟੇਨੈਂਸ ਨਹੀਂ ਕੀਤਾ ਗਿਆ, ਉਹ ਪਲੈਨਿੰਗ ਦੇ ਅਨੁਸਾਰ ਉਹ ਸਾਰਾ ਕਾਰੋਬਾਰ ਨਹੀਂ, ਇਸ ਕਰਕੇ ਦੋਵੇਂ ਪਾਸੇ ਪੰਜਾਬ ਹਰਿਆਣੇ ਦਾ ਨੁਕਸਾਨ ਹੋ ਗਿਆ। ਤੀਸਰਾ ਇਹ ਸੀਗਾ ਵੀ ਜੇ ਕਿਸਾਨਾਂ ਦੀਆਂ ਫਸਲਾਂ ਮਾਰੀਆਂ ਗਈਆਂ, ਅੱਬਲ ਤੇ ਵੱਧ ਹੀ ਖਰਚ ਲੱਗਦਾ, 50,000 ਰੁਪਈਆ ਤੇ ਸਾਡਾ ਠੇਕਾ ਹੀ ਹੋਊਗਾ, ਪਰ ਘੱਟੋ ਘੱਟ ਕਿਸਾਨ ਨੂੰ 50,000 ਪ੍ਰਤੀ ਏਕੜ ਮੁਆਵਜ਼ਾ ਮਿਲੇ। ਦੂਸਰਾ ਇਹਦੇ ਨਾਲ ਸੀਗਾ, ਮਤਲਬ ਪਸ਼ੂ ਮਰ ਗਏ ਸਾਡੇ, 1,00,000 ਰੁਪਈਆ ਸਰਕਾਰ ਦੇਵੇ, ਘਰ ਢਹਿ ਗਿਆ ਚਾਹੇ ਉਹ 'ਚ ਕਿਸਾਨ ਦਾ ਹੋਵੇ ਚਾਹੇ ਮਜ਼ਦੂਰ ਦਾ ਹੋਵੇ, ਸਾਰੀ ਬੰਦੇ ਕਿਸੇ ਨੇ ਢੱਟ ਗਿਆ, 5,00,000 ਰੁਪਈਆ ਦਿੱਤਾ ਜਾਵੇ, ਜਾਨੀ ਕਿਸੇ ਦਾ ਵੀ ਨੁਕਸਾਨ ਹੋ ਗਿਆ ਵਾ ਉਹਨੂੰ 10,00,000 ਰੁਪਈਆ ਦਿੱਤਾ ਜਾਵੇ। ਉਹਦੇ ਨਾਲ ਨਾਲ ਜਿਹੜੀਆਂ ਹੋਰ ਸਾਡੇ ਕੋਲ ਸਮੱਸਿਆਵਾਂ ਸਾਹਮਣੇ ਆ ਗਈਆਂ ਵੀ ਕਈ ਥਾਵਾਂ 'ਤੇ ਹੜ੍ਹਾਂ ਦੇ ਤੇਜ਼ ਵਹਾਅ ਦੇ ਅੱਗੇ ਜ਼ਮੀਨ ਜਿਹੜੀ ਆ ਰੁੜ ਕੇ ਚੱਲ ਗਈ, ਹੜ੍ਹ ਗਈ, ਉਹਦੇ ਵਾਸਤੇ ਸਰਕਾਰ ਯੋਗ ਮੁਆਵਜ਼ਾ ਅਤੇ ਪ੍ਰਬੰਧ ਕਰੇ। ਕਈ ਥਾਵਾਂ 'ਤੇ ਰੇਤ ਜ਼ਿਆਦਾ ਭਰ ਗਈ ਖੇਤਾਂ 'ਚ, ਮਿੱਟੀ ਜ਼ਿਆਦਾ ਭਰ ਗਈ, ਰੇਪ ਟਾਈਪ ਹੋ ਗਿਆ ਰਿਤ ਮਿੱਟੀ। ਇੱਕ ਤਾਂ ਉਹਨਾਂ ਦੀ ਮਾਈਨਿੰਗ ਦਾ ਅਧਿਕਾਰ ਖੁਦ ਕਿਸਾਨ ਨੂੰ ਦੇ ਦਿੱਤਾ ਜਾਵੇ ਕਿ ਆਪਣੀ ਜ਼ਮੀਨ ਵਿਹਲੀ ਕਰ ਲਵੇ, ਕੋਈ 4 ਪੈਸੇ ਵੱਟ ਲਵੇ, ਇਹ ਮੰਗ ਸੀਗੀ। ਇਹਦੇ ਨਾਲ ਦੀ ਨਾਲ ਕਿਉਂਕਿ ਜਿੱਡਾ ਵੱਡਾ ਕ੍ਰਾਈਸਿਸ ਆਏ ਹੁਣ, ਕਿਉਂਕਿ ਕਿਸਾਨ ਜੇ ਬੈਂਕਾਂ ਕੋਲ ਲੋਨ ਲਿਆ ਹੈ ਕਿਸ਼ਤਾਂ ਭਰਨ ਵਾਲੀ ਹਾਲਤ 'ਚ ਨਹੀਂ ਹੈਗੇ, ਤੋ ਬੈਂਕ ਵਾਲੀਆਂ ਕਿਸ਼ਤਾਂ 1 ਸਾਲ ਲਈ ਮੁਲਤਵੀ ਕੀਤੀਆਂ ਜਾਣ,
ਤੇ ਉਹਨਾਂ ਦਾ ਵਿਆਜ ਮਾਫ ਕੀਤਾ ਜਾਵੇ। ਇਹ ਹੜਾਂ ਨਾਲ ਸੰਬੰਧਿਤ ਸਾਡਾ ਇੱਕ ਜਿਹੜਾ ਡਾਟਾ ਸੀ ਜਿਹੜਾ ਉਹ ਇੱਕ ਦੋ ਕਰਕੇ ਨੰਬਰਾਂ ਦਾ ਵੀ ਇਹਨਾਂ ਗੱਲਾਂ ਤੇ ਅਸੀਂ ਆਏ ਸੀਗੇ। ਦੂਸਰਾ ਸੀਗਾ ਸਾਡਾ ਸਮਝ ਸੀਗੀ ਵੀ ਦੇਖੋ ਇਹ ਕੁਦਰਤੀ ਆਫ਼ਤ ਕੇਂਦਰ ਸਰਕਾਰ ਐਲਾਨੇ, ਪੰਜਾਬ ਸਰਕਾਰ ਜਿਹੜਾ ਵਾ ਉਹਦੇ ਤੇ ਆਪਣੀ ਠੋਸ ਮੰਗ ਬਣਾ ਕੇ ਭੇਜੇ ਵੀ ਸਾਡਾ ਇੰਨਾ ਸਟੇਟ ਦਾ ਨੁਕਸਾਨ ਹੋਇਆ। ਤੀਸਰਾ ਅਸੀਂ ਜੋ ਦੇਖਿਆ ਵੀ ਬੇਸ਼ੱਕ ਬਰਸਾਤਾਂ ਹੋ ਰਹੀਆਂ ਨੇ, ਇਹਨੂੰ ਕੁਦਰਤੀ ਕਹਿ ਕੇ ਨਹੀਂ ਟਾਲ ਸਕਦੇ। ਇਹ ਮਨੁੱਖ ਨੇ ਜਿਵੇਂ ਕੁਦਰਤ ਨਾਲ ਖਿਲਵਾੜ ਕੀਤਾ ਉਹਦੇ ਰੰਗ ਵੀ ਸਾਨੂੰ ਅੱਜ ਨਜ਼ਰ ਆ ਰਹੇ, ਜਿਵੇਂ ਪੂਰੀ ਦੁਨੀਆ 'ਚ ਗਲੋਬਲ ਵਾਰਮਿੰਗ ਵੱਧ ਰਹੀ ਹੈਗੀ ਆ, ਤਾਪਮਾਨ ਵੱਧ ਰਿਹਾ, ਜਿਵੇਂ ਪੰਜਾਬ ਵਿੱਚ ਕਹਿੰਦੇ 3.5% ਰੁੱਖ ਰਹਿ ਗਏ ਹੈਗੇ ਆ। ਸੈਕਿੰਡਲੀ ਹੈਗਾ ਵੀ ਜਿਹੜਾ ਵਿਕਾਸ ਮਾਡਲ ਹੈ, ਹੁਣ ਸਰਕਾਰਾਂ ਨੇ ਸਾਡੀ ਨੇ ਵਿਕਾਸ ਮਾਡਲ ਦਾ ਰੁੱਖ ਲੈ ਕੇ ਆਂਦਾ, ਅਸੀਂ ਉੱਤੇ ਸਵਾਲ ਕੀਤੇ ਜਿਵੇਂ ਪਹਾੜਾਂ ਦੀ ਕੱਟ ਕਟਾਈ ਹੋਈ ਆ, ਜਿਵੇਂ ਟੂਰਿਸਟ ਵਜੋਂ ਉਹਨੂੰ ਵਿਕਸਿਤ ਕੀਤਾ ਗਿਆ, ਜਿਵੇਂ ਅਸੀਂ ਪਹਿਲੋਂ ਦੇਖ ਰਹੇ ਹਾਂ ਮਾਹਰਾਂ ਦੀਆਂ ਵਿਗਿਆਨੀਆਂ ਦੀਆਂ ਇਹ ਰਿਪੋਰਟਾਂ ਸੀ ਵੀ ਤੁਹਾਡਾ ਨੁਕਸਾਨ ਹੋਜੂ, ਜਿਵੇਂ ਹਿਮਾਚਲ ਡਿੱਗਾ ਵਾ, ਪਹਾੜ ਉਹਦੇ ਡਿੱਗੇ ਵੀ ਸਾਡੇ ਸਾਹਮਣੇ ਸੀ। ਅਸੀਂ ਪੰਜਾਬ ਵਾਲੇ ਪਾਸੇ ਨੂੰ ਦੇਖ ਲਈਏ ਵੀ ਦੇਖੋ ਪਾਣੀ ਨੇ ਤਾਂ ਨੀਵੇਂ ਪਾਸੇ ਨੂੰ ਜਾਣਾ ਹੁੰਦਾ, ਕੋਈ ਨਖਾਸੂ ਕੋਈ ਡਰੇਨ ਦੀ ਖਾਲ ਖਲਾਈ ਨਹੀਂ ਹੋਈ। ਜਿਹੜੀਆਂ ਸੜਕਾਂ ਬਣੀਆਂ ਵਾ ਉਹਦੇ ਤੇ ਕਹਿੰਦੇ 40 ਮੀਟਰ ਤੇ ਪੁਲੀ ਚਾਹੀਦੀ ਆ, ਕਿਲੋ ਕਿਲੋਮੀਟਰ ਤੇ ਕੋਈ ਪੁਲੀ ਨਜ਼ਰ ਨਹੀਂ ਆਉਂਦੀ ਸਾਨੂੰ। ਤਾਂ ਇਹਦੋ ਗਾਂ ਜਿਹੜੀਆਂ ਉੱਚੀਆਂ ਸੜਕਾਂ ਬੰਨ ਦਿੱਤੀਆਂ, ਇੱਕ ਤਾਂ ਪੁਲੀਆਂ ਉੱਚੀਆਂ ਰੱਖਤੀਆਂ ਉਹ ਤਾਂ ਹੈ ਨਹੀਂ ਕਈ ਥਾਵਾਂ ਤੇ, ਆ ਜਿਹੜੀ ਭਾਰਤਮਾਲਾ ਯੋਜਨਾ ਤਹਿਤ ਕਹਿੰਦੇ 10 ਫੁੱਟ ਉੱਚੀ ਸੜਕ ਜਾਣੀ ਆ, ਤੋਂ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਵੀ ਇੱਕ ਵੱਡੀ ਸਮੱਸਿਆ ਸਾਨੂੰ ਆ ਗਈ ਵੀ ਸਾਡੀਆਂ ਫਸਲਾਂ ਮਾਰੀਆਂ ਗਈਆਂ। ਤੋਂ ਇਹ ਆ ਵੀ ਜਿਹੜੀ ਸਰਕਾਰਾਂ ਨੇ ਪਹਿਲੋਂ ਬਰਸਾਤ ਤੋਂ ਪਹਿਲੋਂ ਜਦੋਂ ਉਹਨੂੰ ਪਤਾ ਲੱਗ ਗਿਆ ਸੀ ਜਿਹੜਾ ਕੁਛ ਕਰਨਾ ਸੀਗਾ ਉਹ ਨਹੀਂ ਕੀਤਾ, ਨਹੀਂ ਤੇ 90% ਨੁਕਸਾਨ ਬਚਾਇਆ ਜਾ ਸਕਦਾ ਸੀਗਾ। ਦੁਆਬੇ ਦੇ ਵਿੱਚ ਇੱਕ ਅੰਗਰੇਜ਼ਾਂ ਦਾ ਬਣਿਆ ਪੁਲ ਹੈਗਾ ਰੇਲਵੇ ਦਾ, ਗਿੱਦੜ ਵਿੰਡੀ ਪਿੰਡ ਉਹਨੂੰ ਪੁਲ ਕਹਿੰਦੇ ਆ, ਉੱਥੇ ਪਾਣੀ ਦੇ ਵਿੱਚ ਨੰਘਣ ਦਾ ਨਿਕਾਸ ਹੀ ਥੋੜਾ ਵਾ, ਇਸ ਕਰਕੇ ਦੁਆਬੇ ਦੇ ਪਿੱਛੇ ਸਤਲੁਜ ਟੁੱਟ ਜਾਂਦਾ ਹੈਗਾ। ਹਰੀਕੇ ਪੱਤਣ ਤੋਂ ਅੱਗੇ ਜ਼ਮੀਨਾਂ ਹੀ ਕਿਸਾਨਾਂ ਦੀਆਂ ਵਾ, ਉੱਥੇ 5-7 ਕਿਲੋਮੀਟਰ ਤੋਂ ਅੱਗੇ ਕੋਈ ਦਰਿਆ ਹੀ ਨਹੀਂ ਹੈਗਾ, ਉਹਦੇ ਕੋਈ ਬੰਨ ਨਹੀਂ ਹੈਗੇ, ਉਹ ਖੇਤਾਂ ਥਾਂ ਨਹੀਂ ਲੰਘਦਾ ਹੈਗਾ, ਉੱਧਰ ਅੱਡ ਨੁਕਸਾਨ ਹੋ ਜਾਂਦਾ ਹੈਗਾ। ਇਹ ਸਵਾਲ ਵੀ ਅਸੀਂ ਚੁੱਕੇ ਆ ਵੀ ਇਹ ਤੁਹਾਡੀਆਂ ਮਿਹਰਬਾਨੀਆਂ ਕਰਕੇ ਜਦੋਂ ਤੁਸੀਂ ਧਿਆਨ ਨਹੀਂ ਦਿੱਤਾ ਹੈਗਾ ਤੇ ਸਾਡੇ ਇੰਨੇ ਜ਼ਿਆਦਾ ਨੁਕਸਾਨ ਹੋਏ। ਜਿਵੇਂ ਬਾਕੀ ਗੱਲ ਆਮ ਮਨੁੱਖਤਾ ਦੀ ਆ, ਜਿਵੇਂ ਪੁੱਡਾ ਵਾ ਗੰਡਾਸਾ ਆਉਂਦੇ, ਇਹਨਾਂ ਦਾ ਜਿਹੜਾ ਪਲੈਨਿੰਗ ਬੋਰਡ ਆ ਕਿਹੋ ਜਿਹਾ, ਜਿਵੇਂ ਪਟਿਆਲਾ ਡੁੱਬ ਗਿਆ, ਜਿਵੇਂ ਚੰਡੀਗੜ੍ਹ 'ਚ ਅਸੀਂ ਵੇਖਿਆ ਵੀ ਜਿਹੜੇ ਬਰਸਾਤੀ ਚੋ ਸੀ ਉਹਨਾਂ ਵਿੱਚ ਕਲੋਨੀਆਂ ਬਣਾ ਦਿੱਤੀਆਂ ਗਿਆ, ਵਿਕਾਸ ਮਾਡਲ ਤੇ ਵੀ ਅਸੀਂ ਸਵਾਲ ਚੱਕੇ ਹੈਗੇ ਆ। ਸੈਕਿੰਡਲੀ ਹੈਗਾ ਸੀਗਾ MSP ਗਰੰਟੀ ਕਾਨੂੰਨ ਬਣਾ ਕੇ ਦਿੱਤਾ ਜਾਵੇ, ਜਿਹੜੀ ਵੱਡੀ ਮੰਗ ਹੈ। ਔਰ ਤੀਸਰਾ ਨਰੇਗਾ, ਕਿਉਂਕਿ ਇਸ ਵੇਲੇ ਕੰਮ ਨਹੀਂ, ਮੁਸ਼ਕਲ 'ਚ ਆ ਮਜ਼ਦੂਰ ਵੀ, ਜੇ ਸਰਕਾਰ ਨਰੇਗਾ ਚਲਾਉਂਦੀ ਆ ਉਹਦੇ ਨਾਲ ਜਿਹੜੇ ਆ ਦਰਿਆਵਾਂ ਦੇ ਬੰਨ ਬੰਨੇ ਜਾ ਸਕਦੇ ਆ, ਖਾਲ ਖਲਾਈ ਦਾ ਕੰਮ ਹੋ ਸਕਦਾ ਤੇ ਮਜ਼ਦੂਰ ਨੂੰ ਕੰਮ ਦਿੱਤਾ ਜਾ ਸਕਦਾ ਵਾ। ਔਰ ਇਹਦੇ ਨਾਲ ਨਾਲ ਅਸੀਂ ਮੰਗ ਦੇ ਵਿੱਚ ਜਿਹੜੇ ਦਿੱਲੀ ਅੰਦੋਲਨ 'ਚ ਕੇਸ ਪਾਏ ਸੀ, ਚੰਡੀਗੜ੍ਹ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਇਹਦੇ ਵਿੱਚ ਫਸਾਇਆ ਗਿਆ ਵਾ, ਦਿੱਲੀ 'ਚ ਜਾਂ ਉਹਨਾਂ ਉਹ ਕੇਸ ਵਾਪਸ ਲੈਣ ਦੀ ਗੱਲ ਕਹੀ ਸੀ। ਇਹ 4 ਮੰਗਾਂ ਲਗਭਗ ਮੋਟੀਆਂ ਮੋਟੀਆਂ ਹੜਾਂ ਨੂੰ ਲੈ ਕੇ, ਇਹਨਾਂ ਮੰਗਾਂ ਤੇ ਆਪਾਂ ਜਿਹੜਾ ਮੋਰਚਾ ਕੇਂਦਰਿਤ ਕੀਤਾ ਸੀ। ਜੀ ਪੰਦੇਰ ਸਾਹਿਬ, ਪੰਜਾਬ ਸਰਕਾਰ ਤੋਂ ਆਪਾਂ ਹੁਣ ਗੱਲ ਸ਼ੁਰੂ ਕਰਦੇ ਹਾਂ। ਪੰਜਾਬ ਸਰਕਾਰ ਕਹਿੰਦੀ ਕਿ ਸਾਡੇ ਕੋਲ ਇੰਨੀ ਸਮਰੱਥਾ ਹੈਗੀ ਆ ਸਾਡੇ ਖਜ਼ਾਨੇ ਦੇ ਵਿੱਚ, ਅਸੀਂ ਕੇਂਦਰ ਤੋਂ ਇੱਕ ਖੋਟਾ ਪੈਸਾ ਨਹੀਂ ਲੈਣਾ ਹੈਗਾ ਹੜਾਂ ਦੀ ਭਰਪਾਈ ਲਈ। ਸੋ ਤੁਸੀਂ ਕਿਹਾ ਕਿ 50,000 ਕਰੋੜ ਦਾ ਸਰਕਾਰ ਕੇਂਦਰ ਸਰਕਾਰ ਮਦਦ ਕਰੇ, ਪਰ ਪੰਜਾਬ ਸਰਕਾਰ ਤਾਂ ਲੈਣ ਨੂੰ ਤਿਆਰ ਨਹੀਂ ਹੈਗੀ। ਉਹ ਕਹਿੰਦੇ ਸਾਡੇ ਕੋਲ ਸਾਰੇ ਸੋਰਸ ਨੇ, ਸਾਰੇ ਸਾਡੇ ਕੋਲ ਰਿਸੋਰਸ ਨੇ, ਪੈਸਾ ਸਾਡੇ ਕੋਲ ਆਪਣਾ ਹੈਗਾ, ਅਸੀਂ ਕਿਉਂ ਮੰਗੀਏ? ਜੀ ਦੇਖ, ਇੱਕ ਤਾਂ ਅਸੀਂ ਉੱਤਰ ਭਾਰਤ ਦੇ ਸੂਬਿਆਂ ਵਾਸਤੇ ਇਹ ਪੈਕੇਜ ਮੰਗ ਰਹੇ ਹਾਂ, ਤੀਸਰਾ ਜਿਹੜਾ ਪੰਜਾਬ ਸਰਕਾਰ ਦਾਅਵੇ ਕਰ ਰਹੀ ਆ, ਮੈਨੂੰ ਲੱਗਦਾ ਇਹ ਕੋਈ ਕਿਸੇ ਵੀ ਧਰਾਤਲ ਤੇ ਮਤਲਬ ਅੰਕੜਿਆਂ ਦੇ ਹਿਸਾਬ ਨਾਲ ਕੋਈ ਪੂਰੇ ਨਹੀਂ ਉੱਤਰਦੇ ਹੈਗੇ, ਪਰ ਜਿਵੇਂ ਮੁੱਖ ਮੰਤਰੀ ਦਾ ਬਿਆਨ ਆਇਆ ਸੀ ਅਸੀਂ ਮੰਗਤੇ ਥੋੜੇ ਹਾਂ, ਮੈਨੂੰ ਲੱਗਦਾ ਇਹ ਗੈਰ ਵਾਜਬ ਦੀਆਂ ਗੱਲਾਂ ਹੈਗੀਆਂ। ਜਿਹੜੇ 3 ਕਰੋੜ ਪੰਜਾਬੀਆਂ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਵਾ, ਉਹਨਾਂ ਨੇ ਕੋਈ ਨਿੱਜੀ ਨਹੀਂ ਮੰਗਣਾ ਹੈਗਾ, ਪੰਜਾਬ ਇਸ ਮੁਲਕ ਦਾ ਹਿੱਸਾ ਵਾ, ਜੇ ਹਿੱਸਾ ਵਾ ਤੇ ਜਿੱਥੇ ਵੀ ਕੁਦਰਤੀ ਆਫ਼ਤ ਆਉਂਦੀ ਹੁੰਦੀ ਆ ਉੱਥੇ ਸਟੇਟ ਦੀ ਸਰਕਾਰ ਆਪਦਾ ਸਾਰੇ ਆਪਦੀ ਅਫਸਰ ਸਾਹੀ ਕੋਲ ਡੇਟਾ ਕਲੈਕਟ ਕਰਕੇ ਨੁਕਸਾਨ ਰੱਖਦੇ ਹੁੰਦੇ ਆ ਕੇਂਦਰ ਦੇ ਅੱਗੇ ਵੀ ਸਾਡਾ ਇੰਨਾ ਨੁਕਸਾਨ ਹੋ ਗਿਆ, ਕੇਂਦਰ ਦਵੇ ਤੇ ਚਾਹੇ ਨਾ ਦਵੇ ਇਹ ਬਾਅਦ ਦਾ ਇਸ਼ੂ ਆ ਜਾਂਦਾ, ਪਰ ਆਪਣਾ ਮੁੱਢਲਾ ਫਰਜ਼ ਹੁੰਦਾ ਹੈਗਾ। ਤੋ ਸਰਕਾਰ ਕੋਲੇ ਜੇ ਹੈਗਾ ਤੇ ਉਹ ਦੱਸੇ ਵੀ ਸਾਨੂੰ ਜਿਹੜੇ ਪਿਛਲੇ ਖਰਾਬੇ ਹੋਏ ਸੀ, ਕਣਕ ਦਾ ਖਰਾਬਾ ਹੋਇਆ, ਇਦੋਂ ਪਹਿਲਾਂ ਜਦੋਂ ਚੰਨੀ ਜੀ ਗਏ ਤਾਂ ਇਹ ਆ ਗਏ, ਬਾਸਮਤੀ ਦੇ ਨਰਮੇ ਦਾ ਖਰਾਬਾ ਹੋਇਆ, ਅਜੇ ਤਾਂ ਉਹ ਨਹੀਂ ਦਿੱਤਾ ਗਿਆ। ਜੇ ਤੁਹਾਡੇ ਕੋਲ ਪੈਸੇ ਵਾਧੂ ਆ
ਤਾਂ ਫਿਰ ਸਵਾਲ ਤਾਂ ਇੱਥੇ ਖੜਾ ਹੁੰਦਾ, ਫਿਰ ਤੁਸੀਂ MSP ਗਰੰਟੀ ਕਾਨੂੰਨ ਆਪ ਬਣਾ ਦਿਓ। ਤੋ ਇਹ ਗੈਰ ਅਖਲਾਕੀ ਦੀਆਂ ਗੱਲਾਂ ਨੇ ਜਿਹੜੀਆਂ ਕਿਸੇ ਮੁੱਖ ਮੰਤਰੀ ਨੂੰ ਵਾਜਬ ਨਹੀਂ ਲੱਗਦੀਆਂ। ਕੇਂਦਰ ਦਾ ਖਜ਼ਾਨਾ ਨਾ ਤਾਂ ਮੋਦੀ ਜੀ ਦੀ ਜ਼ਗੀਰ ਹੈਗੀ ਆ, ਨਾ ਪੰਜਾਬ ਦਾ ਖਜ਼ਾਨਾ ਭਗਵੰਤ ਮਾਨ ਸਰਕਾਰ ਦੀ ਜ਼ਗੀਰ ਹੈ। ਇਹ ਲੋਕਾਂ ਦੇ ਖਜ਼ਾਨੇ ਨੇ, ਲੋਕਾਂ ਦੇ ਟੈਕਸਾਂ ਤੋਂ ਭਰਦੇ ਨੇ। ਤੇ ਜਦੋਂ ਇਹੋ ਜਿਹੀ ਬਿਪਤਾ ਬਣਦੀ ਆ, ਸਰਕਾਰਾਂ ਦੇ ਕੰਮ ਹੁੰਦੇ ਵੀ ਲੋਕਾਂ ਦੀ ਬਾਂਹ ਫੜਨਾ। ਸੋ ਇਹ ਆਪਦੀ ਨਿੱਜੀ ਆਮ ਆਦਮੀ ਪਾਰਟੀ ਜਾਂ ਭਾਜਪਾ ਦੀ ਜਿਹੜੀ ਨਿੱਜੀ ਲੜਾਈ ਆ, ਉਹਦੇ ਵਿੱਚ ਪੰਜਾਬ ਨੂੰ ਨਾ ਚੁੱਕਣ। ਐਜ ਇੱਕ ਮੁੱਖ ਮੰਤਰੀ ਦੇ ਜੋ ਫਰਜ਼ ਬਣਦੇ, ਉਹਨਾਂ ਨੂੰ ਪੂਰਾ ਕਰਨਾ ਚਾਹੀਦਾ। ਜੀ ਪੰਦੇਰ ਸਾਹਿਬ, ਇੱਕ ਉਹ ਸਮਾਂ ਸੀ ਜਦੋਂ ਕਿਸਾਨ ਆਪਣੇ ਪ੍ਰੋਟੈਸਟ ਕਰਦੇ ਸੀ, ਤਿੰਨ ਖੇਤੀ ਕਾਨੂੰਨਾਂ ਦੇ ਅੰਦੋਲਨ ਤੋਂ ਪਹਿਲਾਂ ਸਾਰੀ ਜਥੇਬੰਦੀਆਂ ਸੀ, ਵੱਖੋ ਵੱਖਰੇ ਪਲੇਟਫਾਰਮ ਸੀ, ਇਹਨਾਂ ਪਲੇਟਫਾਰਮਾਂ ਦੇ ਉੱਪਰ ਲੜਦੀਆਂ ਸੀ। ਕਿਸਾਨ ਅੰਦੋਲਨ ਚੱਲਿਆ, ਵੱਡਾ ਇੱਕ ਅੰਦੋਲਨ ਹੋਇਆ, ਜਥੇਬੰਦੀਆਂ ਦਾ ਵੀ ਵਿਸਥਾਰ ਹੋਇਆ। ਇੱਕ ਅੱਜ ਦਾ ਸਮਾਂ, ਅੱਜ ਵੀ ਕਿਸਾਨ ਜਥੇਬੰਦੀਆਂ ਲੜ ਰਹੀਆਂ ਨੇ, ਭਾਵੇਂ ਪਹਿਲਾਂ ਵਾਂਗ ਹੀ ਵੱਖੋ ਵੱਖਰੇ ਆਪਣੇ ਪਲੇਟਫਾਰਮ ਦੇ ਉੱਪਰ ਲੜ ਰਹੀਆਂ ਨੇ। ਅੰਦੋਲਨ ਤੋਂ ਪਹਿਲਾਂ ਦੀ ਕਿਸਾਨ ਜਥੇਬੰਦੀਆਂ ਦੀ ਲੜਾਈ ਅਤੇ ਅੰਦੋਲਨ ਤੋਂ ਬਾਅਦ ਦੀ ਲੜਾਈ, ਕੀ ਤੁਸੀਂ ਇਹਦੇ 'ਚ ਮਹਿਸੂਸ ਕਰਦੇ ਹੋ ਕਿ ਫਰਕ ਪਿਆ? ਦਬਾਅ ਸਰਕਾਰਾਂ ਦੇ ਉੱਤੇ ਹੁਣ ਜ਼ਿਆਦਾ ਬਣਿਆ, ਹਾਲਾਂਕਿ ਮਾਨ ਸਾਹਿਬ ਨੇ ਤਾਂ ਇਹ ਸਟੇਟਮੈਂਟ ਦਿੱਤੀ ਸੀ ਕਿ ਹੁਣ ਕਿਸਾਨ ਜਥੇਬੰਦੀਆਂ ਵਜ੍ਹਾ ਨਹੀਂ ਦੇਖਦੀਆਂ ਹੈਗੀਆਂ, ਹੁਣ ਜਗ੍ਹਾ ਦੇਖਦੀਆਂ ਨੇ ਧਰਨਾ ਲਾਉਣ ਦੇ ਲਈ। ਯਾਨੀ ਕਿ ਇੱਕ ਉਹ ਪਹਿਲਾ ਸਮਾਂ ਸੀ ਜਿਹੜਾ ਅੰਦੋਲਨ ਤੋਂ ਅਤੇ ਉਸ ਤੋਂ ਬਾਅਦ ਇੱਕ ਵੱਡੇ ਅੰਦੋਲਨ ਤੋਂ ਬਾਅਦ ਅੱਜ ਦਾ ਕਿਸਾਨ ਜਥੇਬੰਦੀਆਂ ਦਾ ਸਮਾਂ, ਕੀ ਫਰਕ ਹੈ ਦੋਨੋਂ ਸੰਘਰਸ਼ਾਂ ਦੇ ਵਿੱਚ? ਦੇਖੋ, ਇੱਕ ਤਾਂ ਮੁੱਖ ਮੰਤਰੀ ਸਾਹਿਬ ਦੇ ਬਿਆਨ ਤੇ ਪਹਿਲਾਂ ਗੱਲ ਕਰ ਲਈਏ। ਜਿਹੜੀ ਅੰਦੋਲਨਾਂ ਚੋਂ ਨਿਕਲੀ ਹੋਈ ਪਾਰਟੀ ਆ, ਔਰ ਦਿੱਲੀ ਦੇ ਅੰਦੋਲਨ ਤੋਂ ਪਹਿਲਾਂ ਸਾਡੇ ਨਾਲ ਵਿੱਚ ਧਰਨੇ ਦੇ ਆਉਣਾ ਬਹਿਣਾ, ਸਾਡੀ ਹਰ ਕੰਮ ਲਈ ਸਲਾਹਾਂ ਕਰਨੀ, ਹੁਣ ਉਹਨਾਂ ਨੂੰ ਸਾਡਾ ਕੰਮ ਕਿਉਂ ਬੁਰਾ ਲੱਗਦਾ ਵਾ, ਇਹ ਤਾਂ ਉਹੀ ਦੱਸ ਸਕਦੇ ਆ। ਦੇਖੋ, ਅੱਜ ਤੇ ਹੁਣ ਅਸੀਂ ਜਗ੍ਹਾ ਨਹੀਂ ਵੇਖ ਰਹੇ ਚੰਡੀਗੜ੍ਹ ਦੀ, ਅਸੀਂ ਵਜ੍ਹਾ ਦੱਸ ਰਹੇ ਹਾਂ ਵੀ ਹੜਾਂ ਵਾਲੇ ਮਸਲੇ ਤੇ ਪਈ ਅਸੀਂ ਆ ਰਹੇ ਹਾਂ। ਜੇ ਸਰਕਾਰ ਸੁਹਿਰਦ ਹੈਗੀ ਆ ਤੇ ਉਹ ਸਾਡੇ ਜਾਣ ਤੋਂ ਪਹਿਲਾਂ ਸਾਡੀਆਂ ਮੰਗਾਂ ਦਾ ਹੱਲ ਕਰ ਦੇਵੇ, ਅਸੀਂ ਨਹੀਂ ਜਾਵਾਂਗੇ। ਹੁਣ ਵਜ੍ਹਾ ਤਾਂ ਦੇਖ ਹੀ ਰਹੀ ਆ ਸਾਹਮਣੇ, ਠੀਕ ਆ, ਜਗ੍ਹਾ ਦਾ ਸਵਾਲ ਨਹੀਂ ਹੈ, MSP ਗਰੰਟੀ ਕਾਨੂੰਨ ਦਾ ਸਵਾਲ ਆ। ਸਟੇਟ ਸਰਕਾਰ ਆਪ ਕਹਿ ਕੇ ਕਹਿੰਦੇ ਚੁਟਕੀਆਂ ਮਾਰਦੇ ਆ ਅਸੀਂ ਜੀ ਹਰ ਇੱਕ ਫਸਲ ਤੇ MSP ਦੇਵਾਂਗੇ, ਇਹਨਾਂ ਦਾ ਚੋਣ ਮੈਨੀਫੈਸਟੋ 'ਚ ਵਾਅਦਾ ਹੈਗਾ ਵੀ ਖਰੀਦ ਕਰਾਂਗੇ। ਤੋ ਇਹ ਇੱਕ ਦਾ ਇਹ ਹੈਗਾ। ਸੈਕੰਡਲੀ ਹੈਗਾ ਵੀ ਦੇਖੋ, ਦਿੱਲੀ ਅੰਦੋਲਨ ਕੌਮਾਂਤਰੀ ਪੱਧਰ ਦਾ ਵੱਡਾ ਅੰਦੋਲਨ ਸੀ, ਇਹ 'ਚ ਕੋਈ ਰਵਲਾ ਨਹੀਂ ਹੈ। ਸਰਕਾਰ ਦੀ ਇਹ ਕੋਸ਼ਿਸ਼ ਹੁੰਦੀ ਆ ਵੀ ਜੇ ਕੋਈ ਅੰਦੋਲਨ ਸਰਕਾਰਾਂ ਦੇ ਸਾਹਮਣੇ ਖੜ ਜਾਂਦਾ ਵਾ, ਲੋਕਾਂ ਦੀ ਗੱਲ ਕਰਦਾ, ਉਹ ਕੋਸ਼ਿਸ਼ਾਂ ਹੁੰਦੀਆਂ ਉਹਨਾਂ ਦੀਆਂ ਵੀ ਇਹ ਕਿਵੇਂ ਨਾ ਕਿਵੇਂ ਇਹਨਾਂ ਵਿੱਚ ਖੰਡਾ ਪੈਦਾ ਕੀਤਾ ਜਾਵੇ, ਕਿਵੇਂ ਇਸ ਅੰਦੋਲਨ ਨੂੰ ਖਿਲਾਰਿਆ ਜਾਵੇ, ਤੋੜਿਆ ਜਾਵੇ। ਤੇ ਉਹ ਕਿਸੇ ਹੱਦ ਤੱਕ ਆਪਣੀਆਂ ਕੋਸ਼ਿਸ਼ਾਂ ਵਿੱਚ ਕਾਮਯਾਬ ਰਹੇ। ਉਹ ਚੀਜ਼ਾਂ ਨੂੰ ਉਹਨਾਂ ਏਡੀਆਂ ਵੱਡੀਆਂ ਹੈ ਵੀ ਨਹੀਂ ਸੀ ਜਿੱਡੀਆਂ ਵੱਡੀਆਂ ਵਧਾ ਕੇ ਚੜ੍ਹਾ ਕੇ ਪੇਸ਼ ਕੀਤੀਆਂ ਗਈਆਂ। ਜਿਵੇਂ ਪੰਜਾਬ ਵਿੱਚ ਤੁਸੀਂ ਦੇਖਿਆ ਕਾਮਰੇਡ ਵਰਸਸ ਸਿੱਖਾਂ ਦਾ ਜਿਵੇਂ ਨਰਤਵ ਬਣਿਆ ਪੰਜਾਬ ਦੇ ਵਿੱਚ, ਜੋ ਕੁਛ ਉਹਦੇ ਵਿੱਚ ਹੋਇਆ ਉਹ ਵੀ ਸਾਡੇ ਸਾਹਮਣੇ ਆ। ਪੈਸੇ ਨੂੰ ਲੈ ਕੇ ਜਿਵੇਂ ਰੌਲੇ ਪਾਏ ਗਏ, ਠੀਕ ਆ, ਅੰਦਰੂਨੀ ਹੋ ਸਕਦਾ ਮੁੱਦਾ, ਪਰ ਏਡਾ ਨਹੀਂ ਸੀ ਵੀ ਉਹ ਲੋਕ ਜਿੱਡਾ ਵੱਡਾ ਉਹਨੂੰ TV ਚੈਨਲਾਂ ਤੇ ਪੇਸ਼ ਕਰਕੇ ਵਿਖਾ ਲਿਆ ਗਿਆ। ਇਹ ਤੋਂ ਗਾਂ ਕਿਸੇ ਨੇ ਇਲੈਕਸ਼ਨ ਲੜਨੀ ਆ, ਕਿਸੇ ਨੇ ਨਹੀਂ ਲੜਨੀ ਹੈਗੀ ਆ। ਚੱਲ ਇਸ ਮੁੱਦੇ ਤੇ ਵੀ ਜਿਵੇਂ ਉਹਨਾਂ ਨੇ ਪੂਰਾ ਯਤਨ ਕੀਤਾ, ਉਹਨਾਂ ਦੇ ਹੱਥ ਆ ਗਿਆ ਸੀ। ਕੁਛ ਹੋ ਸਕਦੇ ਆ, ਸਾਰੇ ਤਾਂ ਨਹੀਂ ਅਸੀਂ ਮਾੜੇ ਕਹਿ ਸਕਦੇ, ਸੰਗਠਨ ਕੁਛ ਸੰਗਠਨਾਂ 'ਚ ਵੀ ਕੁਛ ਵਿਅਕਤੀ ਹੋ ਸਕਦੇ ਆ, ਠੀਕ ਹੈ, ਸੰਗਠਨ ਸਾਰਾ ਤਾਂ ਨਹੀਂ, ਪਰ ਉਹਨਾਂ ਨੂੰ ਜਿਵੇਂ ਉਭਾਰਿਆ ਗਿਆ, ਜਿਹੜਾ ਕਿਸਾਨਾਂ ਮਜ਼ਦੂਰਾਂ ਦੇ ਆਗੂਆਂ ਦਾ ਜਿਹੜਾ ਪੂਰੇ ਦੁਨੀਆ ਦੇ ਵਿੱਚ ਦੇਸ਼ ਵਿੱਚ ਪੰਜਾਬੀਆਂ 'ਚ ਇੱਕ ਅਕਸ਼ ਬਣਿਆ ਸੀਗਾ ਚੰਗਾ, ਹਾਂ ਪੱਕੀ, ਉਹਨੂੰ ਉਹ ਤੋੜਨ ਵਿੱਚ ਇੱਕ ਹੱਦ ਤੱਕ ਕਾਮਯਾਬ ਰਹੇ। ਇਹ ਗੱਲ ਮੰਨਣ 'ਚ ਕੋਈ ਰੌਲਾ ਨਹੀਂ ਹੈ। ਹਾਂ, ਇਹ ਚੱਲਦਾ ਹੁੰਦਾ, ਸਰਕਾਰਾਂ ਕਰਦੀਆਂ ਹੁੰਦੀਆਂ, ਪਰ ਇਹਦੇ ਲਈ ਹੁਣ ਉਹਨੂੰ ਪੰਜਾਬ ਵਿਹਲਾ ਲੱਗਦਾ। ਦੇਖੋ, ਵਿਰੋਧੀ ਧਿਰਾਂ ਤਾਂ ਕਿਤੇ ਵੀ, ਚਾਹੇ ਪਿਛਲੀ ਸਰਕਾਰ ਸੀ ਚਾਹੇ ਹੁਣ ਵਾਲੀ, ਕਿਤੇ ਵੀ ਕਾਰਗਰ ਨਹੀਂ ਨਜ਼ਰ ਆਉਂਦੀਆਂ। ਉਹ ਜਦੋਂ ਵੀ ਕੋਈ ਮੁੱਦਾ ਚੱਕਦੀਆਂ ਤਾਂ ਕਹਿੰਦੀਆਂ ਵੀ ਸਾਨੂੰ ਜਿਤਾਓ, ਜਦੋਂ ਅਸੀਂ ਜਿੱਤ ਜਾਵਾਂਗੇ ਫਿਰ ਤੁਹਾਡੀ ਗੱਲ ਕਰਾਂਗੇ। ਇਹ ਇਕੱਲਾ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਆ, ਜਿਹੜੀ ਤਗੜੀ ਲਹਿਰ ਆ, ਇੱਕ ਵੱਡੀ ਆਬਾਦੀ ਆ ਦੇਸ਼ ਦੀ, ਪੰਜਾਬ ਦੀ, ਤੇ ਉਹ ਉਹਨਾਂ ਦੇ ਗਾੜੀ ਖੜਦੀ ਆ। ਉਹ ਵਿਰੋਧੀ ਧੁਰ ਦਾ ਅਸਲ ਰੋਲ ਅਦਾ ਕਰਦੀ ਆ ਹਕੀਕੀ ਮਾਇਨੇ ਵਿੱਚ। ਤੋ ਜਿਹੜਾ ਉਹਨਾਂ ਦਾ ਹਕੀਕੀ ਸਿਆਸੀ ਰਾਜਨੀਤਿਕ ਅਸਲ ਮੁੱਦੇ ਚੱਕਣ ਵਾਲਾ ਕਿਸਾਨਾਂ ਦੇ ਅੰਦੋਲਨ, ਜਿਹੜਾ ਜਿਹਨੂੰ ਉਹ ਆਪਣੇ ਆਪ 'ਚ ਦੁਸ਼ਮਣ ਸਮਝਦੇ ਆ, ਭਾਵੇਂ ਅਸੀਂ ਨਹੀਂ ਹੈ, ਤੋ ਉਹਨਾਂ ਦੇ ਵਿਰੁੱਧ ਪ੍ਰਚਾਰ ਪ੍ਰਸਾਰ ਲਈ ਲਗਾਤਾਰ ਉਹ ਜਾਰੀ ਰਹਿੰਦੇ ਆ। ਤਾਂ ਸੁਣ, ਸਾਡੀਆਂ ਕੋਸ਼ਿਸ਼ਾਂ ਵਾਂ
ਵੀ ਠੀਕ ਹੈ ਅੰਦਰੂਨੀ 20 ਕਿਸਮ ਦੇ ਮਤਭੇਦ ਹੁੰਦੇ ਹੁੰਦੇ ਆ, ਇਹ ਕੋਈ ਨਵੀਂ ਗੱਲ ਨਹੀਂ ਹੈ, ਤੇ ਰਹਿੰਦੇ ਵੀ ਹੁੰਦੇ ਆ ਕਿਉਂਕਿ ਸਵਾਲ ਇੱਕ ਮੁੱਦਿਆਂ ਤੇ ਇਕੱਠੇ ਹੋਈਏ, ਕਿਉਂਕਿ ਹੜ੍ਹ ਨੇ ਨੁਕਸਾਨ ਕੀਤਾ ਪੂਰੇ ਉੱਤਰ ਭਾਰਤ ਦਾ, ਔਰ ਕੇਂਦਰ ਤੇ ਪੰਜਾਬ ਦੋਵੇਂ ਜਾਂ ਖੱਟੜ ਜਾਂ ਹੋਰ ਸੂਬੇ ਦੀਆਂ ਸਰਕਾਰਾਂ ਵੀ ਜ਼ਿੰਮੇਵਾਰ, ਤੇ ਕਿਉਂ ਨਾ ਇਕੱਠੇ ਹੋ ਕੇ ਇਹਨਾਂ ਦੇ ਖਿਲਾਫ਼ ਇੱਕ ਮਹਾਜ਼ ਬਣਾਇਆ ਜਾਵੇ, ਔਰ ਇਸ ਮਹਾਜ਼ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਮਜ਼ਬੂਤ ਤੇ ਪੱਕਾ ਤੁਸੀਂ ਦੇਖੋਗੇ। ਔਰ ਦੇਖੋ ਕੰਮ ਹੀ ਤੁਹਾਡੀ ਅਸਲ ਸ਼ਨਾਖਤ ਹੁੰਦੀ ਹੈ। ਅਸੀਂ ਜੇ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ, ਜੇ ਪੰਜਾਬ ਦੇ ਲੋਕ ਵੱਡੇ ਪੱਧਰ ਤੇ ਨਾਲ ਜੁੜ ਰਹੇ ਆ, ਸਾਥ ਦੇ ਰਹੇ ਆ, ਚੰਡੀਗੜ੍ਹ ਮੋਰਚਾ ਇੱਕ ਬਹੁਤ ਵੱਡਾ ਤੇ ਇੱਕ ਬਹੁਤ ਦਿਸ਼ਾ ਦੇਣ ਵਾਲਾ ਅੰਦੋਲਨਾਂ ਨੂੰ ਆਉਣ ਵਾਲੇ ਸਮੇਂ ਤੁਹਾਨੂੰ ਨਜ਼ਰ ਆਊਗਾ। ਔਰ ਅਸੀਂ ਲੋਕਾਂ ਦੇ ਵਿੱਚ ਜਿੱਥੇ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਪੁਗਤ ਆ, ਜਿਹੜੀ ਧੁੰਦਲੀ ਕੀਤੀ ਸਰਕਾਰ ਨੇ, ਉਹਨੂੰ ਹੋਰ ਨਿਖਾਰਾਂਗੇ ਤੇ ਅੰਦੋਲਨ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਵੱਲ ਨੂੰ ਸਿੱਧਤ ਹੋਣਗੇ। ਇਸ ਗੱਲ ਦੀ ਵੀ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਹਾਂ ਪੱਕੀ ਹੰਗਾਰਾ ਮਿਲੂਗਾ। ਜੀ ਬੰਦੇਰ ਸਾਹਿਬ, ਤੁਸੀਂ ਦੋ ਦਿਨ ਪੁਆਇੰਟ ਛੱਡੇ ਪਿੱਛੇ, ਇੱਕ ਤਾਂ ਆਪਸੀ ਮਤਭੇਦ ਹੁੰਦੇ ਨੇ ਕਿਸਾਨਾਂ ਦੇ, ਕਿਸਾਨ ਜਥੇਬੰਦੀਆਂ ਦੇ, ਦੂਜਾ ਕਿ ਜਿਹੜੀ ਸ਼ਾਖ ਦੀ ਪੁਗਤ ਦੀ ਗੱਲ ਕੀਤੀ ਤੁਸੀਂ। ਦੇਖੋ ਕਿਸਾਨ ਅੰਦੋਲਨ ਦੇ ਵਿੱਚ ਸਾਰੀਆਂ ਜਿਹੜੀ ਲੋਕ ਪੱਕੀ ਕਿਸਾਨ ਧਿਰਾਂ ਸੀ, ਮਜ਼ਦੂਰ ਪੱਕੀ ਧਿਰਾਂ ਸੀ, ਉਹ ਸਾਰੀਆਂ ਇੱਕ ਪਲੇਟਫਾਰਮ ਦੇ ਉੱਪਰ ਆ ਕੇ ਇਕੱਠੇ ਹੋ ਕੇ ਲੜੇ, ਸਾਰੇ ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਲੜੀਆਂ। ਜਦੋਂ ਇਕੱਠੇ ਹੋ ਕੇ ਲੜੀਆਂ ਤਾਂ ਕੇਂਦਰ ਦੀ ਸਰਕਾਰ ਨੂੰ ਆਖਰ ਝੁਕਣਾ ਪੈ ਗਿਆ ਇਸ ਲੋਕ ਸੰਘਰਸ਼ ਦੇ ਅੱਗੇ। ਜਦੋਂ ਸਾਰੇ ਕਿਸਾਨ ਆਗੂਆਂ ਨੂੰ ਇਸ ਗੱਲ ਦਾ ਪਤਾ ਕਿ ਜਿਹੜੀ ਸਾਡੀ ਤਾਕਤ ਹੈ, ਸਾਡੀ ਸਟਰੈਂਥ ਹੈ, ਉਹ ਇਸ ਗੱਲ ਦੇ ਵਿੱਚ ਹੈ ਕਿ ਜੇਕਰ ਅਸੀਂ ਇੱਕ ਕੋਈ ਮੰਚ ਬਣਾ ਕੇ ਇਕੱਠੇ ਹੋ ਕੇ ਅਸੀਂ ਲੋਕ ਹਿੱਤਾਂ ਦੀ ਖਾਤਰ ਲੜਾਂਗੇ। ਇਹ ਗੱਲਾਂ ਜਾਣਦੇ ਹੋਏ ਵੀ ਫਿਰ ਕਿਉਂ ਕਿਸਾਨ ਆਗੂ ਇੱਕ ਮੰਚ ਦੇ ਉੱਪਰ ਇਕੱਠੇ ਨਹੀਂ ਹੋ ਪਾਉਂਦੇ, ਕਿਉਂ ਕਿਸਾਨ ਅੰਦੋਲਨ ਦੀ ਇੱਕ ਬਹੁਤ ਵੱਡੀ ਉਦਾਹਰਨ ਤੋਂ ਬਾਅਦ ਜਿਹੜੀ ਉਦਾਹਰਨ ਧਰਾਤਲ ਦੇ ਉੱਪਰ ਸੱਚ ਸਾਬਤ ਹੋਈ, ਉਸ ਉਦਾਹਰਨ ਨੂੰ ਪਿੱਛੇ ਛੱਡ ਕੇ ਆਪਣੇ ਛੋਟੇ ਛੋਟੇ ਮਤਭੇਦ ਅੱਗੇ ਰੱਖ ਲਏ ਜਾਂਦੇ ਨੇ? ਕਿਉਂਕਿ ਜਦੋਂ ਇਕੱਲੇ ਇਕੱਲੇ ਲੜਦੇ ਸੀ ਕਿਸਾਨ ਆਗੂ, ਉਦੋਂ ਕੀ ਪ੍ਰਾਪਤ ਹੁੰਦਾ ਸੀ ਉਹ ਵੀ ਸਾਹਮਣੇ ਹੈ, ਜਦੋਂ ਇਕੱਠੇ ਹੋ ਕੇ ਲੜੇ ਉਦੋਂ ਕੀ ਪ੍ਰਾਪਤ ਹੋਇਆ ਉਹ ਵੀ ਸਾਹਮਣੇ ਹੈ। ਜਦੋਂ ਇਕੱਠੇ ਹੋ ਕੇ ਲੜਨ ਦੇ ਵਿੱਚ ਪ੍ਰਾਪਤੀ ਹੁੰਦੀ ਹੈ ਤਾਂ ਫਿਰ ਲੋਕ ਜਿਹੜੀ ਆਪਣੀਆਂ ਉਹਨਾਂ ਦੀ ਮਤਭੇਦ ਨੇ ਉਹ ਅੱਗੇ ਕਿਉਂ ਰੱਖ ਲਏ ਜਾਂਦੇ ਨੇ? ਹਾਂ ਠੀਕ ਹੈ, ਤੁਹਾਡੀ ਗੱਲ ਵਾਜਬ ਹੈ ਸਵਾਲ ਤੁਹਾਡਾ। ਮੈਂ ਕਹਿੰਦਾ ਵੀ ਦੇਖੋ ਅੰਦਰੂਨੀ ਸਦਾ ਹੀ ਰਹਿੰਦੇ ਆ, ਕਈਆਂ ਨੂੰ ਇਹ ਲੱਗਦਾ ਵੀ ਜਿੱਥੇ ਅਸੀਂ ਅੰਦੋਲਨ ਕਰਦੇ ਹਾਂ, ਅੰਦੋਲਨ ਦੇ ਵਿੱਚ ਇੱਕ ਵੱਡੇ ਚਿਹਰੇ ਬਣਦਾ, ਅੰਦੋਲਨ ਹੀ ਚਿਹਰੇ ਬਣਾਉਂਦਾ ਹੁੰਦਾ, ਫਿਰ ਉਹਨੂੰ ਲੱਗਦਾ ਵੀ ਅਸੀਂ ਕਿਉਂ ਨਾ ਸਿਆਸਤ ਵਿੱਚ ਹਿੱਸਾ ਲੈ ਲਈਏ। ਕਈਆਂ ਨੂੰ ਲੱਗਦਾ ਵੀ ਨਹੀਂ, ਇਹ ਵਾਜਬ ਨਹੀਂ ਹੈਗਾ, ਠੀਕ ਆ ਜੀ। ਤੋ ਇਹ ਕਿਸਮ ਦੇ ਮਤਭੇਦ ਕਈਆਂ ਨੂੰ ਕਈ ਮੁੱਦਿਆਂ ਤੇ ਆਪਸੀ ਆ ਜਾਂਦੇ ਆ, ਤੋ ਇਹ ਰਹਿੰਦੇ ਹੁੰਦੇ ਜਿਹੜੇ ਮੈਂ ਸਵਾਲ ਚੱਕੇ ਆ। ਪਰ ਸਵਾਲ ਤੇ ਹੈਗਾ ਵੀ ਜੇ ਨਿੱਕੇ ਮੋਟੇ ਜਿੱਦਾਂ ਦਿੱਲੀ ਦਾ ਅੰਦੋਲਨ ਸੀ, ਉਹਦੇ ਵਿੱਚ ਵੀ ਅੱਡ ਅੱਡ ਵਿਚਾਰਧਾਵਾਂ, ਅੱਡ ਅੱਡ ਧਰਾਵਾਂ ਦੇ ਬੰਦੇ, ਠੀਕ ਆ, ਉਹਦੇ ਵਿੱਚ ਹੁੰਦੇ ਹੁੰਦੇ ਆ, ਇਹ ਸਦਾ ਰਹਿੰਦੇ ਆ। ਅਸੀਂ ਇਸ ਗੱਲ ਲਈ ਕਮਿਟਮੈਂਟ ਆ 16 ਜਥੇਬੰਦੀਆਂ ਵੀ, ਵੀ ਇਹ ਚੱਲ ਰਹਿੰਦੇ ਹੁੰਦੇ ਆ ਤੇ ਰਹਿਣੇ ਦਿੱਤੇ ਵੀ ਜਾਣ ਮੁੱਦਿਆਂ ਤੇ। ਮਸਲਾ ਨਾ ਇੱਕ ਹੁਣ ਹੜਾਂ ਦਾ ਮੁੱਦਾ ਵਾ, ਸਾਂਝਾ ਮਸਲਾ ਵਾ, ਕੱਲ ਨੂੰ MSP ਗਰੰਟੀ ਕਾਨੂੰਨ ਦਾ ਮੁੱਦਾ ਵਾ, ਉਹ ਪੂਰੇ ਦੇਸ਼ ਦਾ ਸਾਂਝਾ ਮੁੱਦਾ ਵਾ, ਪੂਰੇ ਦੇਸ਼ ਨੂੰ ਲੋੜ ਆ ਵੀ ਘੱਟੋ ਘੱਟ ਅਸੀਂ ਤਾਂ ਸਾਰੀਆਂ ਫਸਲਾਂ ਕਹਿੰਦੇ ਨੇ 23 ਫਸਲਾਂ ਦੀ ਸਰਕਾਰ MSP ਅਨਾਊਂਸ ਕਰਦੀ ਆ, ਤੇ ਖਰੀਦੀ ਤੇ ਪੰਜਾਬ ਹਰਿਆਣੇ 'ਚ ਕਣਕ ਝੋਨਾ ਹੈਗੀ ਆ, ਤਾਂ ਉਹਨਾਂ ਲਈ ਕਿਉਂਕਿ ਦੇਸ਼ ਵਿਆਪੀ ਅੰਦੋਲਨ ਦੀ ਲੋੜ ਹੈਗੀ ਆ। ਬਾਕੀ ਲਖੀਮਪੁਰ ਖੀਰੀ ਜਾਂ ਜਿਹੜੇ ਕੇਸ ਆ ਦਿੱਲੀ ਦੇ ਜਾਂ ਸ਼ਹੀਦਾਂ ਦੇ, ਇਹ ਤਾਂ ਪਹਿਲੇ ਮਸਲੇ ਹਾਲੇ ਖੜੇ ਹੈਗੇ ਆ ਸਾਡੇ ਸਾਹਮਣੇ, ਇਹ ਵੀ ਸਾਡੇ ਸਾਂਝੇ ਮੁੱਦੇ ਹੈਗੇ ਆ। ਦੇਸ਼ ਲੈਵਲ ਤੇ ਕਿਸਾਨਾਂ ਸਿਰ ਚੜਿਆ ਕਰਜ਼ੇ ਦਾ ਸਵਾਲ ਹੈਗਾ, ਤਾਂ ਸਾਡੀ ਇਹ ਸਮਝ ਹੈਗੀ ਆ ਵੀ ਇਹਨਾਂ ਮੁੱਦਿਆਂ ਤੇ ਅਸੀਂ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ, ਔਰ ਜੋ ਫਿਰ ਸਾਂਝਾ ਪ੍ਰੋਗਰਾਮ ਬਣੇ ਉਹ ਇਕੱਠਾ ਲੜਨਾ ਚਾਹੀਦਾ। ਅਸੀਂ ਆਪਣੇ ਵੱਲੋਂ ਕਮਿਟਮੈਂਟ ਆ ਵੀ ਅਸੀਂ ਇਹ ਚੀਜ਼ਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਾਂਗੇ। ਜੀ ਪੰਦੇਰ ਸਾਹਿਬ, ਕਿਸਾਨ ਅੰਦੋਲਨ ਐਡੇ ਵੱਡੇ ਸੰਘਰਸ਼ ਦੇ ਵਿੱਚੋਂ ਕੋਈ ਕਿਸਾਨ ਆਗੂਆਂ ਦੀ ਕੋਈ ਵੱਖਰੀ ਸਟੱਡੀ ਵਿੱਚੋਂ ਨਿਕਲੀ ਹੋਵੇ, ਕਿਉਂਕਿ ਸਾਰੇ ਹੀ ਤੁਹਾਡੇ ਜੇ ਕਿਸਾਨ ਆਗੂ ਪੜ੍ਹੇ ਲਿਖੇ ਨੇ, ਦੁਨੀਆਂ ਭਰ ਦੀ ਸਿਆਸਤ ਮਸਲੇ ਸਮਝਦੇ ਨੇ, ਕੋਈ ਵਿੱਚੋਂ ਇਹੋ ਜਿਹਾ ਕੁਛ ਨਿਕਲਿਆ ਹੋਵੇ ਇਸ ਅੰਦੋਲਨ ਦੇ, ਵੱਖਰੀ ਚੀਜ਼ ਕੁਛ ਪ੍ਰਾਪਤੀ ਹੋਈ ਹੋਵੇ ਐਜੂਕੇਸ਼ਨ ਦੇ ਤੌਰ ਦੇ ਉੱਪਰ, ਕਿ ਆਪਾਂ ਇਹਨਾਂ ਸੰਘਰਸ਼ਾਂ ਨੂੰ ਕਿਸੇ ਅਲੱਗ ਰੋਹ ਦੇ ਵਿੱਚ ਪਾ ਸਕਦੇ ਹਾਂ, ਤਾਂ ਜੋ ਜਿਹੜੀਆਂ ਕਿਸਾਨੀ ਦੀਆਂ ਸਮੱਸਿਆਵਾਂ ਨੇ, ਮਜ਼ਦੂਰਾਂ ਦੀਆਂ ਸਮੱਸਿਆਵਾਂ ਨੇ, ਇਹਨਾਂ ਸਮੱਸਿਆਵਾਂ ਦਾ ਕੋਈ ਸਥਾਈ ਹੱਲ ਕੀਤਾ ਜਾਵੇ? ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ, ਲਗਾਤਾਰ ਕਿਸਾਨੀ ਮਜ਼ਦੂਰੀ ਸੰਘਰਸ਼ ਹੋ ਰਹੇ ਨੇ, ਕੀ ਕੋਈ ਏਦਾਂ ਦਾ ਪੈਟਰਨ ਕਿਸਾਨ ਜਥੇਬੰਦੀਆਂ ਵੱਲੋਂ ਤਿਆਰ ਕੀਤਾ ਗਿਆ, ਕੋਈ ਸਥਾਈ ਹੱਲ ਹੋ ਸਕੇ ਇਹਨਾਂ ਮਸਲਿਆਂ ਦਾ, ਕਿਸਾਨਾਂ ਨੂੰ ਨਾ ਲਗਾਤਾਰ ਸੜਕਾਂ ਦੇ ਉੱਪਰ ਰੁਲਣਾ ਪਵੇ, ਕੋਈ ਏਦਾਂ ਦਾ ਕੋਈ ਡਰਾਫਟ ਕਦੇ ਤਿਆਰ ਕੀਤਾ ਗਿਆ ਹੋਵੇ? ਦੇਖੋ ਜਿੰਨੀ ਕੁ
ਸਾਡੀ ਸਮਝਦਾਰੀ ਆ ਜਾਂ ਜੋ ਅਸੀਂ ਮਹਿਸੂਸ ਕਰਦੇ ਹਾਂ ਦਿੱਲੀ ਦੇ ਅੰਦੋਲਨ ਦੀਆਂ ਅੱਡ ਸਿੱਖਿਆਵਾਂ ਨੇ ਕਿ ਦੇਖੋ ਸਭ ਤੋਂ ਵੱਡੀ ਹੁੰਦੀ ਆ ਜਨਤਾ ਦੀ ਚੇਤਨਾ ਸਮਝ ਮਤਲਬ ਇਹ ਤਾਂ ਨਹੀਂ ਕਹਿੰਦੇ ਸੰਘਰਸ਼ ਦੀ ਲੋੜ ਨਹੀਂ ਪੈਣੀ ਤਾਂ ਅਸੀਂ ਮੰਨਦੇ ਪਰ ਜੇ ਲੋਕਾਂ ਦੀ ਚੇਤਨਾ ਸਮਝ ਵਿਕਸਿਤ ਹੋ ਜੇ ਇਹ ਪ੍ਰਚਾਰ ਪ੍ਰੋਪੇਗੰਡੇ ਨਾਲ ਹੀ ਹੋ ਸਕਦੀ ਆ ਉਹ ਫਿਰ ਤੁਹਾਨੂੰ ਰੰਗ ਦਿਖਾਉਂਦੀ ਹੁੰਦੀ ਆ ਕਿਉਂਕਿ ਵਿਕਸਿਤ ਤੁਹਾਡਾ ਕਿਸਾਨ ਮਜ਼ਦੂਰ ਕੋਈ ਕਿਸਾਨ ਲਹਿਰ 'ਚ ਕੋਈ ਆਗੂ ਖਰਾਬੀ ਕਰ ਸਕਦਾ ਉਹਨੂੰ ਵੀ ਅਗਲੇ ਕਿਨਾਰਾ ਕਰ ਦਿੰਦੇ ਹੁੰਦੇ ਆ ਠੀਕ ਆ ਜੀ ਇੱਕ ਤਾਂ ਇਹ ਸਾਡੀ ਸਮਝ ਆ ਵੀ ਲੋਕਾਂ ਨੂੰ ਚੇਤਨ ਕਰਨਾ ਹੀ ਸਭ ਤੋਂ ਵੱਡਾ ਕਾਰਜ ਹੈਗਾ ਵਾ ਜਿਹੜਾ ਹਜੇ ਬਹੁਤ ਬਾਕੀ ਹੈਗਾ ਜਿਹੜੇ ਸੂਖਮ ਤਰੀਕੇ ਨਾਲ ਸਰਕਾਰਾਂ ਕਾਨੂੰਨ ਲੈ ਕੇ ਆਉਂਦੀਆਂ ਨੇ ਜਿਹੜੇ ਸੂਖਮ ਤਰੀਕੇ ਨਾਲ ਇਨਡਾਇਰੈਕਟ ਤਰੀਕੇ ਨਾਲ ਕਿਸਾਨਾਂ ਮਜ਼ਦੂਰਾਂ ਤੇ ਹਮਲਾ ਕਰਦੀਆਂ ਨੇ ਉਹ ਪਤਾ ਹੀ ਨਹੀਂ ਲੱਗਦਾ ਉਹ ਵਿਖਾਉਣ ਨੂੰ ਤਾਂ ਕਿਹਾ ਜਾਂਦਾ ਵੀ ਤੁਹਾਡਾ ਵਿਕਾਸ ਕਰ ਰਹੇ ਹਾਂ ਅਸਲ ਵਿੱਚ ਹੁੰਦਾ ਤੁਹਾਡਾ ਵਿਨਾਸ਼ ਆ ਉਹ ਸੂਖਮ ਗੱਲਾਂ ਲੱਭਣੀਆਂ ਬੜੀਆਂ ਔਖੀਆਂ ਹੁੰਦੀਆਂ ਜਿਹੜੀਆਂ ਜ਼ਰੂਰੀ ਹੈਗੀਆਂ ਦੂਜਾ ਦੇਖੋ ਅਸੀਂ ਜੋ ਸਮਝ ਪਾਏ ਹਾਂ ਵੀ ਜੋ ਪਿਛਲੇ 75 ਸਾਲਾਂ ਦਾ ਤਜਰਬਾ ਜਿਹੜੇ ਵੀ ਕਿਸਾਨ ਆਗੂ ਕਿਸਾਨਾਂ ਅੰਦੋਲਨਾਂ ਤੋਂ ਵੱਡੇ ਚਿਹਰੇ ਬਣੇ ਸਿਆਸਤ ਵਿੱਚ ਗਏ ਜਿੰਨੇ ਵੀ ਕਿਸਾਨ ਆਗੂ ਗਏ 75 ਸਾਲਾਂ ਦਾ ਤਜਰਬਾ ਦੇਖ ਲਓ ਉਹ ਕਾਮਯਾਬ ਨਹੀਂ ਰਹੇ ਕਾਮਯਾਬ ਜਾਂ ਤਾਂ ਉਹ ਆਪਣੀ ਜੋ ਕੁਝ ਉਹ ਕਹਿੰਦੇ ਸੀਗੇ ਜਦੋਂ ਸਿਆਸਤ ਵਿੱਚ ਰਲ ਗਏ ਤਾਂ ਜਿਹੜਾ ਪੂੰਜੀਵਾਦ ਦਾ ਏਜੰਡਾ ਸੀ ਉਹ ਉਹਨਾਂ ਨੂੰ ਲਾਗੂ ਕਰਨਾ ਪਿਆ ਉਹੀ ਕੁਝ ਉਹ ਕਰਦੇ ਨਜ਼ਰ ਆਏ ਜੋ ਜਿੰਨਾ ਗੱਲਾਂ ਕਰਕੇ ਉਹ ਸਾਰੇ ਜਦੋਂ ਲੀਡਰ ਬਣੇ ਨੇ ਉਦੋਂ ਫੇਲ ਹੋਏ ਨੇ ਚਾਹੇ ਲੋਹੀਆ ਜੀ ਦਾ ਅੰਦੋਲਨ ਸੀ ਉਹ 'ਚੋਂ ਬੜੇ ਆਗੂ ਬਣ ਕੇ ਕੋਈ ਜਨਤਾ ਦਲ 'ਚ ਵੀ ਉਹ ਕਿਸਮ ਦੇ ਚਲੇ ਗਏ ਹਰਿਆਣੇ ਦੇ ਵਿੱਚ ਕਿਸਾਨਾਂ ਆਗੂਆਂ ਦਾ ਮਹਾਰਾਸ਼ਟਰ ਵਿੱਚ ਪੰਜਾਬ 'ਚ ਵੀ ਅਸੀਂ ਦੇਖਿਆ ਪੰਦੇਰ ਸਾਹਿਬ ਜਦੋਂ ਬੀਜੇਪੀ ਦੀ ਸਰਕਾਰ ਨੇ 3 ਖੇਤੀ ਕਾਨੂੰਨ ਵਾਪਸ ਲੈ ਲਏ ਸੀ ਉਦੋਂ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਕਿ ਅਸੀਂ ਆਪਣਾ ਧਰਨਾ ਇੱਥੇ ਮੁਲਤਵੀ ਕਰਦੇ ਹਾਂ ਸਸਪੈਂਡ ਕਰਦੇ ਹਾਂ ਇਸ ਅੰਦੋਲਨ ਨੂੰ ਤੁਸੀਂ ਖਤਮ ਨਾ ਸਮਝੋ ਅਸੀਂ ਫਿਰ ਆਵਾਂਗੇ ਲਖੀਮਪੁਰ ਘਟਨਾ MSP ਦਾ ਮਾਮਲਾ ਪਰਾਲੀ ਦਾ ਮਾਮਲਾ ਬਿਜਲੀ ਸੋਧ ਬਿੱਲ 2020 ਜਾਂ ਇੱਕ MSP ਦੇ ਉੱਪਰ ਕਮੇਟੀ ਦੀ ਤਮਾਮ ਜਿਹੜੇ ਮਸਲੇ ਸੀ ਉਹ ਪੈਂਡਿੰਗ ਸੀ ਕੀ ਹੁਣ ਜਿਹੜੇ ਮਸਲੇ ਪੈਂਡਿੰਗ ਸੀ ਜਿੱਥੇ ਕਿਸਾਨ ਅੰਦੋਲਨ ਮੁਲਤਵੀ ਕੀਤਾ ਗਿਆ ਸੀ ਉੱਥੋਂ ਮੁੜ ਸ਼ੁਰੂ ਕਰਨ ਦਾ ਕੋਈ ਪ੍ਰੋਗਰਾਮ ਹੈਗਾ ਜਥੇਬੰਦੀਆਂ ਦਾ ਆਪਸੀ ਕੋਈ ਇਸ ਗੱਲ ਨੂੰ ਲੈ ਕੇ ਤਾਲਮੇਲ ਹੈਗਾ ਕਿ ਯਾਰ ਜਿਹੜੀਆਂ ਮੰਗਾਂ ਪੈਂਡਿੰਗ ਸੀ ਜਿਹੜੀਆਂ ਗੱਲਾਂ ਕਹਿ ਕੇ ਆਏ ਸੀ ਉਹਨਾਂ 'ਤੇ ਤਾਂ ਅਜੇ ਲੜਾਈ ਲੜਨੀ ਬਾਕੀ ਆ ਕਮੇਟੀ ਬੇਸ਼ੱਕ ਬਣਾਈ ਗਈ MSP ਦੇ ਉੱਪਰ ਕਿਸਾਨ ਜਥੇਬੰਦੀਆਂ ਸਹਿਮਤ ਨਹੀਂ ਹੋਈਆਂ ਉਹਨਾਂ ਨੇ ਫਿਰ ਵੀ ਕਮੇਟੀ ਬਣਾਤੀ ਆਪਣੇ ਬੰਦੇ ਪਾ ਦੇ ਉਹਦੇ ਵਿੱਚ ਜਿਹੜੀਆਂ ਮੰਗਾਂ ਪੈਂਡਿੰਗ ਸੀ ਤਮਾਮ ਉਹਨਾਂ ਦੇ ਉੱਪਰ ਮੁੜ ਕੋਈ ਵਿਚਾਰ ਚਰਚਾ ਹੁੰਦੀ ਹੈ ਗੱਲ ਹੁੰਦੀ ਹੈ ਅੰਦੋਲਨ ਸ਼ੁਰੂ ਕਰਨ ਦੀ ਦੇਖੋ ਜਿਸ ਤੱਕ ਸਾਡੀ ਯੂਨੀਅਨ ਦਾ ਸਵਾਲ ਆ ਸਾਡੇ ਸਾਹਮਣੇ ਤਾਂ ਇਹ ਸਵਾਲ ਹੈਗੇ ਹੀ ਆ ਤੇ ਬਹੁਤ ਸਾਰਿਆਂ ਦੇ ਸਾਹਮਣੇ ਵੀ ਹੈਗੇ ਆ ਔਰ ਇਹ ਸਾਡੇ ਏਜੰਡੇ 'ਚ ਵੀ ਆਈਆਂ ਨੇ ਗੱਲਾਂ ਆਉਣ ਵਾਲੇ ਸਮੇਂ ਵਿੱਚ ਇਹਦੇ 'ਤੇ ਕੀ ਫੈਸਲਾ ਹੁੰਦਾ ਇਹ ਤਾਂ ਸਾਂਝੀ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੂਗਾ ਪਰ ਇਹ ਪੱਕਾ ਹਾਂ ਪੱਕੀ ਆ ਵੀ ਇਹ ਮੰਗਾਂ ਹਜੇ ਖੜੀਆਂ ਨੇ ਔਰ ਜਦੋਂ ਅੰਦੋਲਨ ਮੁਲਤਵੀ ਕੀਤਾ ਗਿਆ ਸੀਗਾ ਤੇ ਉਦੋਂ ਇਹ ਗੱਲਾਂ ਕਹਿ ਕੇ ਆਏ ਸੀ ਵੀ ਦੁਬਾਰਾ ਅਸੀਂ ਅੰਦੋਲਨ ਕਰਾਂਗੇ ਕਿਉਂਕਿ ਸਰਕਾਰ ਨੇ ਸਮਾਂ ਮੰਗਿਆ ਸੀਗਾ ਔਰ ਇਹ ਕਿਹਾ ਸੀ ਵੀ ਯਾਰ ਉਹਨਾਂ ਦੀ ਲਿਖਤੀ ਚਿੱਠੀ ਆ ਵੀ ਅਸੀਂ ਇਹ ਕੰਮ ਕਰਾਂਗੇ ਤਾਂ ਹੁਣ ਸਮਾਂ ਬਹੁਤ ਲੰਘ ਗਿਆ ਉਹ ਲਗਭਗ ਆਪਣੇ ਜਿਹੜੇ ਵਾਅਦੇ ਤੋਂ ਭੱਜ ਹੀ ਗਏ ਆ ਉਹ ਤਾਂ ਕਹਿ ਰਹੇ ਸੀ MSP ਗਰੰਟੀ ਸੋਰੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦਿੱਤੀ ਆ ਜੋ ਕੁਝ ਉਹਨਾਂ ਦੇ ਪ੍ਰਵਕਤਾ ਬੋਲਦੇ ਨੇ TV ਚੈਨਲਾਂ 'ਤੇ ਜਿਹੜਾ ਕਹਿੰਦਾ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈਗੀ ਹੈ ਮੁੱਦੇ ਖੈਰ ਲਖੀਮਪੁਰ ਖੀਰੀ ਵਾਲਾ ਵੱਡਾ ਮੁੱਦਾ ਵਾ ਜਿਹਨਾਂ 'ਚ ਕਿਸਾਨਾਂ ਦੇ ਕਤਲ ਕੀਤੇ ਗਏ ਆ ਕਿ ਪੱਤਰਕਾਰ ਮਾਰਿਆ ਤਾਂ ਜਿਹੜੇ ਅਜੇ ਉਹਨਾਂ ਦੇ ਅਜੇ ਮਿਸ਼ਰਾ ਟਹਿਣੀ ਉਹ ਵੀ ਮੰਤਰੀ ਮੰਡਲ 'ਚ ਨੇ ਉਹਨਾਂ ਦਾ ਪੁੱਤਰ ਵੀ ਬਾਹਰ ਤੁਰਿਆ ਫਿਰਦਾ ਦਿੱਲੀ ਵਾਲੇ ਕੇਸ ਵਿਆਪਕ ਪੱਧਰ 'ਤੇ ਕਿਸਾਨਾਂ ਦੇ ਉੱਤੇ ਨੇ ਇਹ ਤਾਂ ਵਾਅਦਾ ਹੀ ਕੀਤਾ ਸੀ ਵਾਪਸ ਲੈ ਰਹੇ ਹਾਂ ਤੁਰੰਤ ਲੈ ਰਹੇ ਹਾਂ ਕੁਛ ਵਾਪਸ ਵੀ ਲਏ ਨੇ ਪਰ ਵੱਡਾ ਹਿੱਸਾ ਅਜੇ ਖੜਾ ਵਾ ਹਾਂ ਅਸੀਂ ਇਹਦੇ 'ਤੇ ਹਾਂ ਪੱਖੀ ਹਾਂ ਔਰ ਤੁਸੀਂ ਦੇਖੋਗੇ ਹੁਣ ਅਜੇ ਸਾਡੇ ਸਾਹਮਣੇ ਇਹ ਅਗਸਤ ਦਾ ਅੰਦੋਲਨ ਆ 22 ਦਾ ਇਹਨੂੰ ਨਿਬੇੜ ਲਈਏ ਇਹਨਾਂ ਗੱਲਾਂ 'ਤੇ ਇਹਦੋਂ ਗਾਹਾਂ ਜਾ ਕੇ ਤੁਹਾਨੂੰ ਇਹ ਚੀਜ਼ਾਂ ਅੱਗੇ ਸਾਫ਼ ਨਜ਼ਰ ਆਉਣਗੀਆਂ ਕਹਿ ਲਓ ਵੀ ਇਹ ਅੰਦੋਲਨ ਜਿਹੜਾ ਚੰਡੀਗੜ੍ਹ ਵਿੱਚ ਆਪਾਂ ਕਰਨ ਜਾ ਰਹੇ ਹਾਂ ਆਉਣ ਵਾਲੇ ਅੰਦੋਲਨਾਂ ਦੀ ਨੀਂਹ ਰੱਖੂਗਾ ਜੋ ਸਾਨੂੰ ਨਜ਼ਰ ਆਉਂਦਾ ਜੀ ਪੰਦੇਰ ਸਾਹਿਬ ਤੁਸੀਂ ਚੰਡੀਗੜ੍ਹ ਦੇ ਅੰਦੋਲਨ 'ਤੇ ਗੱਲ ਲੈ ਕੇ ਆਏ ਪੰਜਾਬ ਸਰਕਾਰ ਕਹਿੰਦੀ ਹੈ ਕਿ ਖੇਤੀ ਦੇ ਵਿੱਚ ਨੀਤੀ ਬਦਲਣ ਦੀ ਜ਼ਰੂਰਤ ਹੈ
ਤੇ ਪੰਜਾਬ ਦੀ ਸਰਕਾਰ ਖੇਤੀ ਨੀਤੀ ਬਦਲਣ ਵੀ ਜਾ ਰਹੀ ਹੈ। ਕਈ ਕਿਸਾਨ ਜਥੇਬੰਦੀਆਂ ਨੇ ਆਪਣੇ ਡਰਾਫਟ ਬਣਾ ਕੇ ਸਰਕਾਰ ਨੂੰ ਦਿੱਤੇ ਵੀ ਨੇ। ਪਾਣੀ ਦਾ ਮਸਲਾ, ਫਸਲੀ ਚੱਕਰ, ਤਮਾਮ ਤਰ੍ਹਾਂ ਦੀ ਉਹਦੇ 'ਚ ਗੱਲਾਂ ਜਿਹੜੀਆਂ ਹੈਗੀਆਂ ਨੇ ਹੋਣਗੀਆਂ। ਤੁਹਾਡੀ ਜਥੇਬੰਦੀ ਦਾ ਇਹਦੇ 'ਚ ਕੋਈ ਸੁਝਾਅ ਹੈਗਾ ਖੇਤੀ ਨੀਤੀ ਬਦਲਣ ਦੇ ਵਿੱਚ, ਜੇ ਤੁਸੀਂ ਤੁਹਾਡੀ ਕੋਈ ਸਰਕਾਰ ਦੇ ਨਾਲ ਮੁਲਾਕਾਤ ਹੋਈ ਹੋਵੇ ਕਿ ਆਹ ਨਹੀਂ ਆਹ ਕੁਛ ਹੋਣਾ ਚਾਹੀਦਾ ਖੇਤੀ ਨੀਤੀ ਦੇ ਵਿੱਚ? ਇੱਕ ਤਾਂ ਮੇਰੇ ਕੋਲ 18 ਨੂੰ ਮੀਟਿੰਗ ਹੈ ਜਿਹੜੀਆਂ ਅਸੀਂ ਦੋ ਜਥੇਬੰਦੀਆਂ ਨੇ ਰੇਲਾਂ ਦਾ ਰੋਕਾ ਸੀ ਉਹਦੇ 'ਚ ਵੀ ਕਰਾਂਗੇ, ਪਹਿਲਾਂ ਵੀ ਹੋਈਆਂ। ਲਗਭਗ ਰਾਇ ਕਿਸਾਨ ਜਥੇਬੰਦੀਆਂ ਨੇ ਦਿੱਤੀਆਂ, ਅਸੀਂ ਕਿਹਾ ਜਦੋਂ ਤੁਸੀਂ ਆਪਣੀ ਬਾਹਰ ਦੀ ਕਮੇਟੀ ਬਣਾਓਗੇ ਅਸੀਂ ਵੀ ਆਪਦਾ ਪੱਖ ਰੱਖਾਂਗੇ, ਡਰਾਫਟ ਦੇਣਾ ਉਹ ਵੀ ਦੇ ਦਾਂਗੇ। ਜਿਹੜੇ ਕਹਿੰਦੇ ਸੀ ਮਾਰਚ ਮਹੀਨੇ 'ਚ ਆਪਾਂ ਜਿਹੜੀ ਆ ਉਹ ਖੇਤੀ ਨੀਤੀ ਬਣਾ ਲੈਣੀ ਆ, 31 ਮਾਰਚ, ਪਹਿਲਾਂ ਮਾਰਚ ਆਇਆ ਫਿਰ 31 ਮਾਰਚ ਆ ਗਿਆ, ਤੇ ਮੈਨੂੰ ਲੱਗਦਾ ਵੀ ਡਰਾਫਟਾਂ ਦੀ ਜਾਂ ਜਿਹੜੇ ਖੇਤੀ ਜਿਹੜੀ ਆ ਉਹ ਕਿਵੇਂ ਲਾਹੇਮੰਦਾ ਕੀਤਾ ਵੇ, ਇਹਨਾਂ ਇਹਨਾਂ ਦੀ ਘਾਟ ਨਹੀਂ ਹੈਗੀ। ਜੌਲ ਕਮੇਟੀ ਦੀਆਂ ਇਦੋਂ ਪਹਿਲੋਂ ਘੁੰਮਣ ਕਮੇਟੀ ਦੀਆਂ, ਬਥੇਰੇ ਕਮਿਸ਼ਨਾਂ ਦੀਆਂ, ਸਵਾਮੀਨਾਥਨ ਕਮਿਸ਼ਨ ਦੀਆਂ, ਬਥੇਰੇ ਮਾਹਰਾਂ ਦੀਆਂ ਰਿਪੋਰਟਾਂ ਸਰਕਾਰ ਕੋਲ ਪਈਆਂ ਹੋਈਆਂ ਨੇ। ਐਂ ਨਹੀਂ ਹੈਗਾ ਵੀ ਉਹਦੀ ਲੋੜ ਹੈਗੀ ਆ। ਹਾਂ, ਸਰਕਾਰ ਟਾਈਮ ਟਪਾਉਣ ਨੂੰ ਇਹ ਕੁਛ ਕਰੀ ਜਾਂਦੀ ਆ, ਫਿਰ ਵੀ ਅਸੀਂ ਕਹਿੰਦੇ ਵੀ ਜੇ ਤੁਸੀਂ ਕੋਈ ਇਹ ਸਮਝਦੇ ਹੋ ਵੀ ਤੁਸੀਂ ਕੋਈ ਨਵੀਂ ਨੀਤੀ ਲਿਆਓਗੇ ਤੇ ਤੁਸੀਂ ਲਿਆਓ। ਸਰਕਾਰ ਤਾਂ ਹੁਣ ਫੇਲ ਹੋ ਗਈ, ਲਗਭਗ 1.5 ਸਾਲ ਹੋ ਗਿਆ ਕੋਈ ਖੇਤੀ ਨੀਤੀ ਨਹੀਂ ਬਣਾ ਸਕੀ। ਜਿਹੜੀ ਸਰਕਾਰ 1.5 ਸਾਲਾਂ 'ਚ ਕੋਈ ਖੇਤੀ ਨੀਤੀ ਨਹੀਂ ਬਣਾ ਸਕੀ, ਜਦ ਉਹਦੇ ਕੋਲ ਖੇਤੀਬਾੜੀ ਯੂਨੀਵਰਸਿਟੀ ਵਰਗਾ ਵੱਡਾ ਅਦਾਰਾ ਵਾ, ਬੜੇ ਮਾਹਰ ਨੇ ਖੇਤੀ ਦੇ ਪੰਜਾਬ 'ਚ, ਕਿਸਾਨ ਆਗੂ ਨੇ, ਲੋਕ ਤਾਂ ਖੇਤੀ 'ਚ ਕਿਤੇ ਨਾ ਬੜੇ ਜੁੜੇ ਹੋਏ ਆ। ਤਾਂ ਮੈਨੂੰ ਲੱਗਦਾ ਨਹੀਂ ਸਰਕਾਰ ਸੁਹਿਰਦ ਹੈਗੀ ਆ, ਨਾ ਤਾਂ ਨੀਤੀ ਬਣਾਉਣਾ ਚਾਹੁੰਦੇ ਆ, ਨਾ ਖੇਤੀ ਸੰਕਟ ਦਾ ਘੁਆਉਣ ਵਾਲੇ ਭਵਿੱਖ ਦੇ ਵਿੱਚ ਹੱਲ ਅਸੀਂ ਨਜ਼ਰ ਦੇਖ ਰਹੇ ਹਾਂ। ਸਰਕਾਰ ਇਹਦੇ ਲਈ ਸੁਹਿਰਦ ਨਹੀਂ ਹੈਗੇ, ਉਹ ਤਾਂ ਆਪਣੀਆਂ ਸਿਆਸੀ ਲੜਾਈ ਲੜ ਰਹੇ ਹੈਗੇ ਨੇ ਇੱਕ ਦੂਜੇ ਨਾਲ, ਜਾਂ ਜਿਹੜੇ ਵੀ ਸਰਕਾਰਾਂ ਪੰਜਾਬ 'ਚ ਬਣੀਆਂ ਉਹ ਵਹਿੰਦੇ ਹੁੰਦੇ ਆ ਵੀ ਲੋਕ ਲੁਭਾਣੇ ਨਾਅਰੇ ਦੇ ਕੇ ਵੀ ਅਗਲੀ ਇਲੈਕਸ਼ਨ ਕਿਵੇਂ ਜਿੱਤੀ ਜਾਵੇ। ਉਹਨਾਂ ਦਾ ਧਿਆਨ ਤਾਂ ਸਾਰਾ ਇਲੈਕਸ਼ਨਾਂ 'ਚ ਹੈਗਾ, ਇਹਨਾਂ ਗੱਲਾਂ ਵੱਲ ਬਿਲਕੁਲ ਸਾਨੂੰ ਨਜ਼ਰ ਨਹੀਂ ਆਉਂਦਾ ਵੀ ਪੰਜਾਬ ਦੀ ਹਾਲਾਤ ਜਾਂ ਖੇਤੀ ਸੈਕਟਰ ਨੂੰ ਕਿਵੇਂ ਵਧੀਆ ਕੀਤਾ ਜਾਵੇ। ਮੈਨੂੰ ਨਹੀਂ ਲੱਗਦਾ ਕਿ ਉਹਦੇ 'ਤੇ ਕੋਈ ਆਉਣ ਵਾਲੇ ਸਮੇਂ 'ਚ ਕੋਈ ਠੋਸ ਯੋਜਨਾ ਬਣਾਉਣਗੇ, ਜਾਂ ਪਹਿਲੀਆਂ ਬਣੀਆਂ ਯੋਜਨਾਵਾਂ ਕੋਈ ਰੌਲਾ ਨਹੀਂ ਜਾਂ ਉਹਨਾਂ ਨੂੰ ਲਾਗੂ ਕਰਨਗੇ। ਜੀ, ਅੱਜ ਜਿਹੜਾ ਕਰਜ਼ਾ ਕਿਸਾਨੀ ਦੀ ਇੱਕ ਵੱਡੀ ਸਮੱਸਿਆ, 3 ਤੋਂ 5 ਕਿਸਾਨ ਲਗਾਤਾਰ ਖੁਦਕੁਸ਼ੀ ਕਰ ਜਾਂਦੇ ਨੇ ਨਿੱਤ, ਹਰ ਰੋਜ਼ ਭੰਦੇਰ ਸਾਹਿਬ ਅਖਬਾਰਾਂ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਰਜ਼ੇ ਦੇ ਸਮੱਸਿਆਵਾਂ ਨੂੰ ਲੈ ਕੇ ਕਿ ਕਿਸਾਨੀ ਕਰਜ਼ੇ ਦੇ ਚੁੰਗਲ ਦੇ ਵਿੱਚੋਂ ਨਿਕਲੇ, ਕਿਸਾਨੀ ਦੀ ਇੱਕ ਮੁੜ ਸ਼ੁਰੂਆਤ ਹੋ ਸਕੇ, ਛੋਟੀ ਕਿਸਾਨੀ ਖਤਮ ਹੋ ਰਹੀ ਹੈ, ਛੋਟੀਆਂ ਜੋਤਾਂ ਖਤਮ ਹੋ ਰਹੀਆਂ ਨੇ, ਇਹ ਇਸੇ ਲਈ ਕੋਈ ਕੀ ਪੈਟਰਨ ਹੋ ਸਕਦਾ ਕਿ ਲੱਗਦਾ ਜੇਕਰ ਸਰਕਾਰਾਂ ਬਾਹ ਨਹੀਂ ਫੜਦੀਆਂ ਫਿਰ ਕਿਸਾਨ ਏਦਾਂ ਹੀ ਮਰਦੇ ਰਹਿਣਗੇ? ਦੇਖੋ, ਇੱਕ ਤਾਂ ਹੈਗਾ ਵੀ ਕਰਜ਼ੇ ਦਾ ਕਾਰਨ ਲੱਭਣਾ ਪਊਗਾ। ਕਰਜ਼ੇ ਦੇ ਮੁੱਖ ਕਾਰਨ ਹੈਗੇ ਆ ਵੀ ਕਦੀ ਵੀ ਕਿਸਾਨ ਨੂੰ ਫਸਲ ਦਾ ਭਾਅ ਲਾਗਤ ਖਰਚੇ ਵੀ ਪੂਰਾ ਨਹੀਂ ਮਿਲਿਆ ਹੈਗਾ। ਜਿਹੜੇ ਲਾਗਤ ਖਰਚੇ, ਜੇ ਅੱਜ ਤੁਸੀਂ ਦੇਖੋ 2100 ਕੁਛ ਰੁਪਈਏ ਕਣਕ ਦਾ ਰੇਟ, ਤੇ ਇਹ 70 ਦੇ ਵਿੱਚ 75 ਰੁਪਈਏ ਸੀ, ਤਾਂ 28 ਗੁਣਾ ਤੁਹਾਨੂੰ ਸਾਡੀਆਂ ਫਸਲਾਂ ਦੇ 28-29 ਗੁਣਾ ਰੇਟ ਵੱਧਦੇ। 1970 ਨਾ ਇਹਨਾਂ ਨੂੰ ਮਾਰਜਨ ਕਰ ਲਓ ਤੇ ਤੁਹਾਨੂੰ ਨਜ਼ਰ ਆਉਣਗੇ। ਦੂਜੇ ਬੰਨੇ ਜੇ ਤੁਸੀਂ ਉਹਦੀ ਉਸ ਵੇਲੇ ਖਾਦ ਦੇ ਕੀ ਰੇਟ ਸੀ, ਖਾਦਾਂ 125-150 ਗੁਣਾ ਦੇ ਰੇਟ ਨਾਲ ਵੱਧ ਗਈਆਂ, ਡੀਜ਼ਲ 88 ਗੁਣਾ ਦੇ ਹਿਸਾਬ ਨਾਲ ਵੱਧ ਗਿਆ, ਖੇਤੀ ਮਸ਼ੀਨਰੀ ਮਤਲਬ ਦਰਜਨਾਂ ਗੁਣਾ ਦੇ ਹਿਸਾਬ ਨਾਲ ਵੱਧ ਗਈ। ਲਾਗਤ ਖਰਚੇ ਤੁਹਾਡੇ ਮਾਹਰਾਂ ਦੀ ਰਿਪੋਰਟ ਆ, ਕੋਈ ਕਹਿੰਦਾ 120% ਦੇ, ਕੋਈ ਕਹਿੰਦਾ 140% ਦੇ, ਤਾਂ ਲਾਗਤ ਖਰਚੇ ਲਗਾਤਾਰ ਵੱਧ ਗਏ ਤੁਹਾਡੇ। ਤਾਂ ਉਹਦੇ ਕਰਕੇ ਜਦੋਂ ਕਿਸਾਨ ਨੂੰ ਲਾਗਤ ਹੀ ਨਹੀਂ ਪੂਰੀ ਮਿਲਦੀ ਹੈਗੀ, ਤਾਂ ਉਹਦੇ ਵਿੱਚੋਂ ਮੁਨਾਫਾ ਤੇ ਆਉਣਾ ਹੀ ਨਹੀਂ ਹੈ। ਫਿਰ ਐਕਚੁਅਲੀ ਪੱਕੀ ਜੀ ਗੱਲ ਆ ਵੀ ਉਹਨੇ ਕਰਜ਼ਾ ਚੱਕਣਾ ਹੈਗਾ ਤਾਂ ਉਹਦੇ ਸਿਰ ਕਰਜ਼ਾ ਚੜੂਗਾ। ਇਹਨੂੰ ਅਸੀਂ MSP ਗਰੰਟੀ ਕਾਨੂੰਨ ਕਹਿੰਦੇ ਹਾਂ ਵੀ ਦੇਖੋ, ਅਸੀਂ ਤਾਂ ਉਹਨੂੰ ਕਿੰਨੀ ਛੂਟ ਦਿੱਤੀ ਵੀ ਮੰਨ ਲਓ ਕੋਈ ਫਸਲ ਆ, ਤੁਸੀਂ ਉਹਦਾ ਸਾਡਾ ਲਾਗਤ ਖਰਚਾ ਕਹਿੰਦੇ ਹੋ, ਲਾਗਤ ਖਰਚਾ ਕਹਿੰਦੇ, ਲਾਗਤ ਖਰਚੇ ਤੇ MSP ਗਰੰਟੀ ਕਾਨੂੰਨ ਪਰ ਸਾਡੇ ਲਾਗਤ ਤੋਂ ਘੱਟ ਤਾਂ ਨਾ ਵਿਕੇ। ਇਹ ਕੇਰਲਾ ਸਰਕਾਰ ਨੇ 17 ਫਸਲਾਂ ਤੇ ਬਣਾਇਆ ਹੈਗਾ, ਇਹ ਯੂਰਪ ਦੇ ਮੁਲਕਾਂ ਸਪੇਨ ਨੇ ਬਣਾਇਆ ਹੈਗਾ ਕਾਨੂੰਨ ਵੀ ਜੇ ਕਿਸਾਨ ਦੀ ਆਹ ਲਾਗਤ ਆ ਇਹਦੋਂ ਥੱਲੇ ਕੋ ਖਰੀਦੂਗਾ ਤੇ ਜੁਰਮਾਨਾ ਕਰਾਂਗੇ, ਤਾਂ ਅਸੀਂ ਤਾਂ ਇਦੋਂ ਵੀ। ਤਾਂ ਇਸ ਕਰਕੇ ਕਰਜ਼ਾ ਕਿਸਾਨਾਂ ਤੇ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਕਰਕੇ ਚੜ ਗਿਆ ਹੈਗਾ, ਔਰ ਉਹਦਾ ਹੱਲ ਨੇੜੇ ਭਵਿੱਖ ਵਿੱਚ ਜਿਵੇਂ 5 ਕਿੱਲੇ ਵਾਲੇ 86% ਨੇ ਕਿਸਾਨ ਸਾਡੇ, ਛੋਟਾ ਕਿਸਾਨ ਹੈਗਾ ਵਾ, ਔਰ ਜਿਹੜੇ ਕਹਿੰਦੇ ਸੀ ਕਰਜ਼ੇ ਕੁਰਕੀਆਂ ਨਹੀਂ ਹੋਣਗੇ ਉਹਨਾਂ ਦੇ ਰਾਜ ਵਿੱਚ ਕਰਜ਼ੇ ਵੀ ਆ, ਕੁਰਕੀਆਂ ਵੀ ਹੋ ਰਹੇ ਆ, ਬੈਂਕ ਜਿਹੜਾ ਵਾ ਸੁਪਰੀਮ ਹਾਈ ਕੋਰਟ ਦੀ ਰੂਲਿੰਗ ਤੋਂ ਉਲਟ
ਜਿਹੜੇ ਕਹਿੰਦੇ ਬਲਾਇੰਡ ਚੈੱਕ ਨਹੀਂ ਲੈਣਾ ਚਾਹੀਦਾ, ਕਿਸਾਨਾਂ ਨੇ ਪਹਿਲਾਂ ਜ਼ਮੀਨਾਂ ਦੀ ਰਜਿਸਟਰੀ ਕਰਾਈ ਆ, ਬਲਾਇੰਡ ਚੈੱਕ ਲੈ ਗਏ ਆ, ਉਹਨੂੰ ਆਪ ਭਰ ਕੇ 420 ਦਾ ਪਰਚੇ ਕਿਸਾਨਾਂ ਤੇ ਠੋਕ ਰਹੇ ਨੇ, ਤਾਂ ਵੱਡੀ ਸਮੱਸਿਆ ਵਾ। ਖੁਦਕੁਸ਼ੀਆਂ ਵਾਲੇ ਮਸਲੇ ਤੇ ਕੇਂਦਰ ਨੇ ਪਿਛਲੇ ਸਮੇਂ 'ਚ ਫੈਸਲਾ ਕਰ ਲਿਆ ਵੀ ਜੇ ਅੰਕੜੇ ਅਸੀਂ ਇਕੱਠੇ ਕਰਦੇ ਹਾਂ ਪੰਜਾਬ ਜਾਂ ਕੇਂਦਰ, ਤਾਂ ਪੂਰੀ ਦੁਨੀਆ ਦੇ ਵਿੱਚ ਤੁਹਾਡੀ ਬਦਨਾਮੀ ਹੋ ਜਾਂਦੀ ਆ ਵੀ ਹਰ ਕੀ ਇੰਨੇ ਸਾਲ ਦੇ ਵਿੱਚ ਇੰਨੇ ਕਿਸਾਨ ਜਿਹੜੇ ਆ ਉਹ ਖੁਦਕੁਸ਼ੀਆਂ ਕਰ ਗਿਆ, ਤੇ ਅੰਕੜਾ ਇੰਨਾ ਇਕੱਠਾ ਕਰੋ ਉਹਨੂੰ ਸ਼ੋਅ ਹੀ ਨਹੀਂ ਕਰਦੇ ਜਿਹੜੇ ਇਹ ਇਹਨਾਂ ਦਾ ਕ੍ਰਾਈਮ ਬਿਊਰੋ ਕਰਦਾ, ਉਹ ਅਖਬਾਰਾਂ ਮੀਡੀਆ 'ਚ ਬਾਹਲਾ ਆਉਂਦਾ ਹੀ ਨਹੀਂ ਹੈ। ਭਾਵੇਂ PAU ਦੀ ਪੱਕੀ ਰਿਪੋਰਟ ਸੀ ਵੀ 3 ਕਿਸਾਨ ਰੋਜ਼ ਆ, ਹੁਣ ਉਹ ਵਾਧਾ ਹੋ ਗਿਆ ਖੁਦਕੁਸ਼ੀਆਂ ਕਰ ਰਹੇ ਆ। ਜਿਹੜੇ ਖੁਦਕੁਸ਼ੀਆਂ ਨੂੰ ਵੀ ਲਕਾ ਰਹੀਆਂ ਸਰਕਾਰਾਂ, ਉਹਨਾਂ ਕੋਲ ਆਸ ਤਾਂ ਨਹੀਂ ਰੱਖੀ ਜਾ ਸਕਦੀ ਵੀ ਉਹ ਕਰਜ਼ਾ ਕਿਸਾਨਾਂ ਦਾ ਸਿਰੋਂ ਲਾਹ ਦੇਣਗੇ। ਹਾਂ, ਇਹਦੇ ਲਈ ਹੈਗਾ ਵੀ ਇੱਕ ਵੱਡੇ ਅੰਦੋਲਨ ਦੀ ਲੋੜ ਆ, ਲੋਕਾਂ ਨੂੰ ਸੱਦਾ ਦਿੰਦੇ ਹਾਂ ਵੀ ਜੇ ਅਸੀਂ ਮੁੱਦਾ ਬਣਾ ਦਈਏ, ਜੇ ਹਾਕਮਾਂ ਦੀਆਂ ਮਜਬੂਰੀਆਂ ਬਣਾ ਦਈਏ, ਉਹਨਾਂ ਕੜੀ ਤੱਥ ਰੱਖੀਏ ਵੀ ਜੇ ਤੁਸੀਂ ਕਾਰਪੋਰੇਟ ਘਰਾਣਿਆਂ ਦਾ, ਮੋਦੀ ਜੀ ਪਿਛਲੇ 5 ਸਾਲਾਂ 'ਚ 15,00,000 ਕਰੋੜ ਰੁਪਈਆ ਮਾਫ਼ ਕਰ ਸਕਦੇ ਆ, ਤਾਂ ਫਿਰ ਸਾਡਾ ਕਿਸਾਨਾਂ ਦਾ ਕਿਉਂ ਨਹੀਂ ਹੋ ਸਕਦਾ? ਤੋ ਕਾਰਪੋਰੇਟ ਨੂੰ ਤਾਂ ਲੱਖਾਂ ਕਰੋੜਾਂ ਰੁਪਈਆਂ ਦੀਆਂ ਸਬਸਿਡੀਆਂ ਉਹ NPA ਦੇ ਤਾਂ ਤੇ ਉਹਨਾਂ ਦੀਆਂ ਮਾਫ਼ੀਆਂ, ਸਾਡੇ ਛੋਟੇ ਛੋਟੇ ਕਰਜ਼ੇ ਵੀ ਮਾਫ਼ ਨਹੀਂ ਕਰਦੇ, ਬਕਾਇਦਾ ਚੋਣ ਮੈਨੀਫੈਸਟੋ ਵਿੱਚ ਬੋਲ ਕੇ ਆਉਂਦੇ ਨੇ, ਕਹਿ ਕੇ ਆਉਂਦੇ ਨੇ, ਤਾਂ ਇਹਦੇ 'ਤੇ ਸੰਘਰਸ਼ ਕਰਨ ਦੀ ਲੋੜ ਆ ਆਉਣ ਵਾਲੇ ਸਮੇਂ 'ਚ। ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਲੀਕ ਫੇਰਾਂਗੇ ਕਰਜ਼ੇ ਦੇ ਉੱਪਰ। ਹਾਂ, ਨਾਕਾਮਯਾਬ ਰਹੇ ਜੀ, ਇਸੇ ਕਰਕੇ ਲੋਕਾਂ ਨੇ ਉਹਨਾਂ ਨੂੰ ਕੱਢਤਾ। ਇਹ ਤਾਂ ਲੋਕ ਲੱਗਾ ਬਣੇ, ਹੁਣ ਵਾਲੀ ਸਰਕਾਰ ਵੀ ਜਿਹੜੀ ਆ ਉਹ ਵਹਿੰਦੀ ਸੀ ਵੀ ਕਿਹੜਾ ਵੋਟ ਕਿਵੇਂ ਲੈਣੀ ਹੈਗੀ ਆ। ਮੈਂ ਤਾਂ ਤੁਹਾਨੂੰ ਦੱਸਿਆ ਵੀ ਹਾਕਮਾਂ ਦੀਆਂ ਨਿਗਾਹ ਹੁੰਦੀਆਂ ਵੀ ਲੋਕ ਐਕਚੁਅਲੀ ਦੁਖੀ ਹੁੰਦੇ ਨੇ, ਕੋਈ ਗੱਲ ਕਰਦਾ ਤੇ ਉਹਨਾਂ ਨਾਲ ਜੁੜਨਾ ਲੋਕਾਂ ਦਾ ਪੱਕਾ ਹੀ ਹੁੰਦਾ ਵਾ, ਸਾਨੂੰ ਆਈਡੀਆ ਹੁੰਦਾ ਵੀ ਇਹ ਕੁਛ ਨਹੀਂ ਕਰਨਾ ਇਹਨਾਂ ਨੇ। ਤਾਂ ਮੈਨੂੰ ਨਹੀਂ ਲੱਗਦਾ ਇਹ ਆਉਣ ਵਾਲੇ ਸਮੇਂ 'ਚ ਕਿਸ ਕਿਸਮ ਦਾ ਵਾ। ਕੈਪਟਨ ਸਾਹਿਬ ਵੀ ਨਾਕਾਮਯਾਬ ਰਹੇ, ਹੁਣ ਵਾਲੀ ਸਰਕਾਰ ਵੀ ਨਾਕਾਮਯਾਬ ਆ। ਭਾਜਪਾ ਵੀ ਇਹ ਕਹਿੰਦੀ ਸੀ ਵੀ ਕਿਸਾਨਾਂ ਸਿਰੋਂ ਕਰਜ਼ਾ ਲਾ ਦਾਂਗੇ, ਅਕਾਲੀ ਦਲ ਵੀ ਕਹਿੰਦਾ ਸੀਗਾ ਕੈਲੀਫੋਰਨੀਆ ਬਣਾ ਦਾਂਗੇ, ਸਾਰਿਆਂ ਦੇ ਲਾਰੇ ਰਹੇ ਆ ਜੀ। ਪੰਦੇਰ ਸਾਹਿਬ, 5 ਮਿੰਟ ਦੇ ਵਿੱਚ MSP ਦੇਣ ਦੀ ਵੀ ਗੱਲ ਚੱਲਦੀ ਸੀ ਕਿ 5 ਮਿੰਟ ਦੇ ਵਿੱਚ MSP ਦੇ ਦਾਂਗੇ। ਹਾਂ ਦੇਖੋ, ਮੈਨੂੰ ਲੱਗਦਾ ਅਸਲ ਵਿੱਚ ਜੇ ਕਿਸਾਨਾਂ ਮਜ਼ਦੂਰਾਂ ਨੂੰ, ਪੰਜਾਬੀਆਂ ਨੂੰ, ਦੇਸ਼ ਨੂੰ ਪੈਰਾਂ ਸਿਰ ਖੜਨਾ, ਤੁਹਾਡਾ 70% ਖੇਤੀਬਾੜੀ ਕਿੱਤਾ ਤੁਹਾਡੇ ਦੇਸ਼ ਨੂੰ ਰੁਜ਼ਗਾਰ ਦੇ ਰਿਹਾ, ਪੰਜਾਬ ਦਾ ਅਰਥਚਾਰਾ ਖੇਤੀ 'ਤੇ, ਜੇ ਤੁਸੀਂ ਕਿਸੇ ਕਿਸਾਨ ਨੂੰ ਉਹਦੀ ਫਸਲ ਦਾ ਵਾਜਬ ਭਾਅ ਨਹੀਂ ਦਿੰਦੇ ਹੈਗੇ, ਤਾਂ ਮੈਨੂੰ ਲੱਗਦਾ ਉਹਦਾ ਧੋਖਾ ਹੈਗਾ। ਔਰ ਫਿਰ ਜਦੋਂ ਤੁਸੀਂ ਚੋਣ ਵਾਅਦੇ ਦੇ ਵਿੱਚ ਜਿਵੇਂ ਤੁਸੀਂ ਗੱਲਾਂ ਕੀਤੀਆਂ ਵਾ, ਬਕਾਇਦਾ ਮੁੱਖ ਮੰਤਰੀ ਪੰਜਾਬ ਵੀ ਬੋਲਦੇ ਰਹੇ ਨੇ, ਇਹ ਗੱਲ ਕਹਿ ਕੇ ਛੁੱਟਿਆ ਨਹੀਂ ਜਾ ਸਕਦਾ ਵੀ ਉਦੋਂ ਸਾਨੂੰ ਪਤਾ ਨਹੀਂ ਸੀ ਹੈਗਾ ਵੀ ਇਹ ਮੁੱਦਾ ਕਿੱਡਾ ਵੱਡਾ ਹੈ। ਪਤਾ ਤੁਹਾਨੂੰ ਉਦੋਂ ਵੀ ਸੀਗਾ, ਪਤਾ ਹੁਣ ਵੀ ਹੈਗਾ ਵਾ ਤੁਹਾਨੂੰ ਵੀ ਅਸਲ ਵਿੱਚ ਅਸਲ ਕਿਸਾਨਾਂ ਦਾ ਮਸਲਾ ਹੀ ਇਹ ਹੈਗਾ। ਜੇ ਕਿਤੇ ਪੰਜਾਬ ਦੇ ਵਿੱਚ ਕਣਕ ਝੋਨੇ ਦੇ ਚੱਕਰ 'ਚੋਂ ਕਿਸਾਨ ਨੂੰ ਕੱਢਣਾ, ਜੇ ਤੇਲ ਬੀਜ ਤੇ ਦਾਲਾਂ ਦੇ ਰੇਟ ਸਾਨੂੰ ਮਿਲ ਜਾਣ, ਤਾਂ ਫਿਰ ਹੀ ਅਸੀਂ ਇਹ ਚੱਕਰ 'ਚੋਂ ਨਿਕਲ ਸਕਦੇ ਹਾਂ, ਨਹੀਂ ਤਾਂ ਪਾਣੀ ਦੀ ਸਮੱਸਿਆ ਆਪਣੇ ਆਪ 'ਚ ਖੜੀ ਰਹਿਣੀ ਆ। ਠੀਕ ਹੈ ਜੀ, ਤੇ ਇਹ ਹੋਰ ਸਾਡਾ ਜਿਹੜਾ ਆਉਣ ਵਾਲੇ ਸਮੇਂ ਵਿੱਚ ਨੁਕਸਾਨ ਤੁਸੀਂ ਹੁੰਦਾ ਨਜ਼ਰ ਆਓਗੇ। ਸੋ ਇਸ ਗੱਲ ਲਈ ਸਰਕਾਰ ਦੋਸ਼ੀ ਆ, ਵਾਅਦਾ ਕਰਕੇ ਭੱਜੀ ਹੈਗੀ ਆ, ਵਾਅਦਾ ਖਿਲਾਫੀ ਆ ਭਗਵੰਤ ਮਾਨ ਜੀ। ਤੇ ਪੰਦੇਰ ਸਾਹਿਬ, ਸੈਂਟਰ ਦੀ ਇਲੈਕਸ਼ਨ ਹੈ, 10-10 ਕੁ ਮਹੀਨੇ ਦਾ ਸਮਾਂ ਰਹਿ ਗਿਆ। ਹਾਲਾਂਕਿ ਐਂ ਹੁੰਦਾ ਕਿ ਸਰਕਾਰਾਂ ਹੁੰਦੀਆਂ ਨੇ, ਸਿਆਸਤਦਾਨ ਹੁੰਦੇ ਨੇ, ਜਾਂ ਕੋਈ ਇਲੈਕਸ਼ਨ ਨੇੜੇ ਹੁੰਦੀ ਹੈ ਉਦੋਂ ਕਿਤੇ ਨਾ ਕਿਤੇ ਉਹ ਲੋਕ ਹਿੱਤ ਦੀ ਸੁਣਵਾਈ ਕਰ ਲੈਂਦੇ ਨੇ। ਜੇਕਰ ਹੁਣ ਕੋਈ ਸੈਂਟਰ ਸਰਕਾਰ ਦੇ ਵਿਰੋਧ ਦੇ ਵਿੱਚ, ਕਿਸਾਨਾਂ ਦੇ ਹਿੱਤ ਦੇ ਵਿੱਚ ਕੋਈ ਵੱਡਾ ਅੰਦੋਲਨ ਹੋਵੇ ਇਲੈਕਸ਼ਨ ਤੋਂ ਪਹਿਲਾਂ, ਹੋ ਸਕਦਾ ਕਿ ਸੈਂਟਰ ਸਰਕਾਰ ਕੋਈ ਵੱਡੀਆਂ ਮੰਗਾਂ ਮੰਨ ਲਵੇ, ਜਿਹੜੀਆਂ ਭਾਵੇਂ ਪੈਂਡਿੰਗ ਨੇ ਮੰਗਾਂ, ਕਿਉਂਕਿ ਇਲੈਕਸ਼ਨ ਦੇ ਵਿੱਚ ਸਮਾਂ ਥੋੜਾ। ਹਾਂ, ਤੁਹਾਡੀ ਗੱਲ ਵਾਜਬ ਹੈ। ਇਹ ਹੁਣ ਪੰਜਾਬੀਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ, ਦੇਸ਼ ਵਾਸੀਆਂ ਨੂੰ ਸਮਝਣੀ ਚਾਹੀਦੀ, ਕਿਸਾਨਾਂ ਮਜ਼ਦੂਰਾਂ ਨੂੰ ਸਮਝਣੀ ਚਾਹੀਦੀ ਆ। ਉਹ ਪ੍ਰੈਸ਼ਰਾਈਜ਼ ਕਰਨ ਪੂਰਾ ਵੀ ਇਹ 24 ਦੇ ਵਿੱਚ ਵੱਡਾ ਅੰਦੋਲਨ ਹੋਵੇ, ਕੋਈ ਵੀ ਉਹਦੇ ਲਿੜਕਾ ਬਣਦਾ ਤੇ ਉਹਨੂੰ ਅਪੋਜ਼ ਕਰਨ, ਅਸੀਂ ਇਸ ਗੱਲ ਲਈ ਤਿਆਰ ਹਾਂ। ਔਰ ਤੁਸੀਂ ਦੇਖੋਗੇ ਵੀ ਉਹ ਵੱਡਾ ਅੰਦੋਲਨ ਆਉਣ ਵਾਲੇ ਸਮੇਂ 'ਚ ਖੜਾ ਹੁੰਦਾ ਤੁਹਾਨੂੰ ਨਜ਼ਰ ਆਊਗਾ। ਔਰ ਇਹਦੀਆਂ ਸੰਭਾਵਨਾ ਹੀ ਆ ਇਲੈਕਸ਼ਨਾਂ ਦੇ ਵਿੱਚ, ਜਿਹੜੇ ਸਰਕਾਰਾਂ ਵਾਅਦੇ ਕਰਦੇ ਆ, ਕਿਉਂਕਿ ਉਹਨਾਂ ਨੂੰ ਲੋਕਾਂ ਦੀ ਲੋੜ ਹੁੰਦੀ ਆ। ਇਹ ਜਦੋਂ ਹਾਕਮਾਂ ਨੂੰ ਲੋਕਾਂ ਦੀ ਲੋੜ ਹੋਵੇ, ਉਦੋਂ ਉਹਨਾਂ ਕੋਲੇ ਜਿਹੜੇ ਲੋਕ ਪੱਖੀ ਮਸਲੇ ਆ ਉਹ ਹੱਲ ਕਰਾਉਣ ਦੀ ਜ਼ਿਆਦਾ ਗੁੰਜਾਇਸ਼ ਹੁੰਦੀ ਹੈਗੀ ਹੈ ਜੀ। ਬਿਲਕੁਲ ਪੰਦੇਰ ਸਾਹਿਬ, ਤੁਸੀਂ ਆਪਣੇ ਤੌਰ ਦੇ ਉੱਪਰ ਕਿਸਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ? ਹਾਂ, ਅਸੀਂ ਸਾਰੀ ਹੁਣ ਪੰਜਾਬੀਆਂ ਨੂੰ ਬੇਨਤੀ ਕੀਤੇ ਹਾਂ ਵੀ ਪੰਜਾਬੀਆਂ ਦੀ ਜਿਹੜੀ ਸਿਵਲ ਸੁਸਾਇਟੀ ਆ, ਉਹਨਾਂ ਨੇ ਹੜ੍ਹ ਪੀੜਤਾਂ ਦੀ ਬੜੇ ਵੱਡੇ ਪੱਧਰ ਤੇ ਮਦਦ ਕੀਤੀ ਆ। ਹਰ ਇੱਕ ਜਥੇਬੰਦੀ ਨੇ ਆਪਣੀ ਵੇਤਨ ਕੀਤਾ, ਸਾਡੀ 1 ਮਹੀਨਾ, 2 ਮਹੀਨੇ, 3 ਮਹੀਨੇ ਉਹਨਾਂ ਦਾ ਗੁਜ਼ਾਰਾ ਕਰ ਦੋਗੀ।
असल जिन्ना चिर वो पैरां सिर खड़े नहीं होंगे मसला हल नहीं होना। इस करके जे लोगों की असल सेवा करनी है तो इस अंदोलन में वध तो वध तुहानू आना चाहिए ता जो असी जड़ा वा किसानां मजदूरां नू एक वड्डा राहत पैकेज उन्हां नू जो हक बनता उन्हां दा खराबा वह दवाईए। जे असी ये दवाउण विच कामयाब हो गए तो समझांगे भी हाड़ पीड़ितों की असी चंगी सेवा की है। जड़े पीड़ित ने वह भी सानू सुन ते वध तो वध जड़ा वा चंडीगढ़ मोर्चे विच सहयोग देण इह सारी अपील है सारे जी। सो पंधेर साहब सवाल बहुत ने किसानी मसले वड्डे ने। सो समा भी हो गया हुण तां सो समय समय के उपर जुड़ते रहेंगे सारे सवालों के जिहड़े जवाब ने थोड़े तो वह जानते रहेंगे। तुसीं समा कढ़िया अपना तुहाडा बहुत बहुत शुक्रिया धन्यवाद। धन्यवाद जी भाई खालसा फतेह जी। सो दोस्तों मेरे नाल जुड़े हुए सी वड्डे किसान नेता सरवण सिंह पंधेर साहब।